ਹੁੰਦੀਆਂ ਰਹਿਣ ਚੰਗਾ ਹੁੰਦਾ, ਖਬਰ ਲੈਂਦੇ ਵੀ ਰਹਿਣਾ ਚਾਹੀਦਾ ਅਤੇ ਖਬਰ ਦਿੰਦੇ ਵੀ ਰਹਿਣਾ ਚਾਹੀਦਾ। ਅਤੇ ਨਾਲ ਹੀ ਅਸੀਂ ਧੰਨਵਾਦੀ ਹਾਂ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਅਤੇ ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਾਲੇ ਸੱਜਣਾ ਮਿੱਤਰਾਂ ਦੇ। ਅਤੇ ਇਹਨਾਂ ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਹੀ ਬੜਾ ਕੁਛ ਹੋ ਰਿਹਾ। ਇੱਕ ਟੂਰਨਾਮੈਂਟ ਹੈ ਜਿਹੜਾ ਪਿੰਡ ਡਾਫਰ ਜ਼ਿਲ੍ਹਾ ਹੁਸ਼ਿਆਰਪੁਰ ਉੱਥੇ ਹੋ ਰਿਹਾ। 24 ਅਤੇ 25 ਦਸੰਬਰ ਦੀ ਡੇਟ ਨੂੰ ਤੁਸੀਂ ਨੇੜਲੇ ਇਲਾਕਿਆਂ ਵਾਲੇ ਸੱਜਣ ਨੋਟ ਕਰ ਸਕਦੇ ਹੋ। 27ਵਾਂ ਗੋਲਡ ਕੱਪ, ਕਬੱਡੀ ਗੋਲਡ ਕੱਪ ਇੱਥੇ ਹੋ ਰਿਹਾ, ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵੱਲੋਂ। ਔਰ ਇਸ ਵੈਲਫੇਅਰ ਕਲੱਬ ਦੇ ਵੱਲੋਂ ਜਿਹੜੀ ਇਹ ਪਿਰਤ ਪਾਈ ਜਾ ਰਹੀ ਹੈ 27 ਸਾਲਾਂ ਤੋਂ, ਉਹਦੇ ਤਹਿਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਹਦੇ 'ਚ ਜੌਹਰ ਦਿਖਾਉਣਗੇ। ਔਰ ਜਾਣਕਾਰੀ ਦੇ ਵਾਸਤੇ ਮੈਨੇਜਰ ਫਕੀਰ ਚੰਦ ਸਹੋਤਾ ਹੋਰਾਂ ਦੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ। ਕੰਟੈਕਟ ਉਹਨਾਂ ਨਾਲ ਕਰਨਾ ਹੈ 9815260765 9852 6065 98 52 60 65 ਦੇ ਉੱਤੇ ਸੰਪਰਕ ਕਰਕੇ ਸਾਂਝ ਪਾ ਸਕਦੇ ਹੋ, ਪਤਾ ਕਰ ਸਕਦੇ ਹੋ ਕਿ ਟੂਰਨਾਮੈਂਟ ਦੇ ਵਿੱਚ ਹੋਰ ਕੌਣ ਕੌਣ ਆਊਗਾ। ਅਤੇ ਇੱਧਰੋਂ ਆਪਣੇ ਨਾਲ ਲਾਈਨ 'ਤੇ ਆਏ ਹੋਏ ਨੇ ਪਰਮਵੀਰ ਸਿੰਘ ਬਾਠ ਜੀ। ਵਟਸਐਪ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਮਿਹਰਬਾਨੀ, ਵਟਸਐਪ ਜੁੜੇ ਹੋ ਅਤੇ ਸਰਕਾਰ ਦੇ ਕੋਲ ਤਾਂ ਅੰਕੜੇ ਵੀ ਨਹੀਂ ਜੁੜਦੇ, ਖੁਦਕੁਸ਼ੀਆਂ ਬਥੇਰੀਆਂ ਅਸੀਂ ਕਰ ਲਈਆਂ, ਅੰਕੜਾ ਕੋਈ ਵੀ ਨਹੀਂ। ਸੁਖਨੈਪ ਜੀ, ਹੈਗਾ ਅੰਕੜਾ, ਇੱਦਾਂ ਦੀ ਗੱਲ ਨਹੀਂ ਕਿ ਖੇਤੀਬਾੜੀ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਅਤੇ ਸਿਵਿਆਂ ਚੋਂ, ਸ਼ਮਸ਼ਾਨ ਘਾਟਾਂ ਚੋਂ ਉੱਠਦੀਆਂ ਲਪਟਾਂ ਦਾ ਅੰਕੜਾ ਹੈਗਾ ਸਰਕਾਰ ਕੋਲ, ਪਰ ਥੋੜ੍ਹਾ ਜਿਹਾ ਹੋਰ ਤਰੀਕੇ ਦਾ ਰੰਗ ਹੋ ਰਿਹਾ ਉਸ ਅੰਕੜੇ ਦਾ। ਜੇ ਤੁਸੀਂ ਜਾ ਕੇ ਸਾਡੀ ਕੇਂਦਰ ਦੀ ਮਾਣਮੱਤੀ ਸਰਕਾਰ ਨੂੰ ਪੁੱਛੋਗੇ ਕਿ ਪੰਜਾਬ ਦੇ, ਹਰਿਆਣੇ ਦੇ, ਮਹਾਰਾਸ਼ਟਰ ਦੇ, ਯੂਪੀ ਦੇ, ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਕੀ ਅੰਕੜਾ ਜੀ, ਕਿੱਧਰ ਦੇ ਪਾਸੇ ਨੂੰ ਜਾ ਰਹੀ ਗੱਲ ਜੀ, ਖੁਦਕੁਸ਼ੀਆਂ ਕਿੰਨੀਆਂ ਕੁ ਹੋ ਰਹੀਆਂ ਜੀ, ਵਿੱਤੀ ਤੌਰ ਦੇ ਉੱਤੇ ਕਿੰਨੇ ਕੁ ਕਮਜ਼ੋਰ ਜੀ, ਕਾਰਨ ਕੀ ਜੀ, ਉਹ ਤੁਹਾਨੂੰ ਤੁਹਾਡੇ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਨਾ ਦੇਣ, ਇੱਕ ਗੱਲ ਜ਼ਰੂਰ ਆਖਣਗੇ, ਬਸ 2 ਸਾਲ ਹੋਰ ਰਹਿ ਗਏ ਆ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ। ਉਹਨਾਂ ਦੇ ਕੋਲੇ ਹੈਗਾ ਅੰਕੜਾ, ਉਹ ਕਹਿਣਗੇ ਤੁਹਾਨੂੰ ਕਿ 2022 ਦੇ ਵਿੱਚ ਤੁਸੀਂ ਦੇਖੀ ਜਾਓ, ਭਾਰਤ ਦੇ ਜਿੰਨੇ ਵੀ ਕਿਸਾਨ ਨੇ, ਜਿੰਨੇ ਪੈਸੇ ਉਹ ਇਸ ਵੇਲੇ ਕਮਾਉਂਦੇ ਨੇ, ਅਸੀਂ ਉਹਨਾਂ ਦੀ ਆਮਦਨ ਕਮਾਉਣ ਦੀ ਸਮਰੱਥਾ ਜਿਹੜੀ ਹੈ ਬਿਲਕੁਲ ਲਕੀਰ ਖਿੱਚ ਕੇ ਦੁੱਗਣੀ ਕਰ ਦੇਣੀ ਹੈ। ਹੁਣ ਜਿਹੜੀ ਕੇਂਦਰ ਸਰਕਾਰ ਇੰਨੀ ਦੂਰ ਦੀ ਸੋਚਦੀ ਹੈ, ਜਿਹੜੀ ਕੇਂਦਰ ਸਰਕਾਰ ਦੇ ਕੋਲ ਇੰਨੀ ਲੰਬੇ ਸਮੇਂ ਦੀ ਨੀਤੀ ਹੈ, ਜਿਹੜੀ ਕੇਂਦਰ ਸਰਕਾਰ ਸਾਡੇ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰ ਦੇਣੀ ਚਾਹੁੰਦੀ ਹੈ, ਉਹ ਹੁਣ ਕੇਂਦਰ ਦੀ ਸਰਕਾਰ ਆਮਦਨ ਦੁੱਗਣੀ ਕਰੇ ਕਿ ਫਾਹੇ ਲੈਣ ਵਾਲੇ, ਨਹਿਰਾਂ 'ਚ ਛਾਲ ਮਾਰਨ ਵਾਲੇ, ਸਲਫਾਸ ਖਾਣ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਲਾਸ਼ਾਂ ਗਿਣਦੀ ਫਿਰੇ। ਇਸ ਕਰਕੇ ਅਗਲੇ ਕਹਿੰਦੇ ਕਿ ਸਾਡੇ ਕੋਲ ਤਾਂ ਇੱਕੋ ਹੀ ਅੰਕੜਾ ਕਿ ਅਸੀਂ 2022 ਤੱਕ ਭਾਰਤ ਦੇ ਕਿਸਾਨਾਂ ਦੀ ਆਮਦਨ ਜਿਹੜੀ ਹੈ ਉਹ ਦੁੱਗਣੀ ਕਰ ਦੇਣੀ ਹੈ, ਅਤੇ ਫਿਰ ਤੁਸੀਂ ਦੇਖਿਓ ਵਾਰੇ ਨਿਆਰੇ ਨੇ ਉਹ ਆਮਦਨ ਦੁੱਗਣੀ ਕਿਵੇਂ ਹੋਣੀ ਹੈ, ਉਹਦਾ ਢੰਗ ਤਰੀਕਾ ਕੀ ਹੈ, ਉਹਦਾ ਰਾਹ ਰਸਤਾ ਕੀ ਹੈ, ਉਹ ਕੁਝ ਨਹੀਂ ਜੇ ਪਤਾ। ਹੁਣ ਕਮਾਲ ਦੀ ਗੱਲ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਦੇਸ਼ ਦਾ ਇਹ ਸਭ ਤੋਂ ਵੱਡਾ ਮਸਲਾ ਬਣ ਗਿਆ ਸੀ ਕਿ ਭਾਵੇਂ ਦੱਖਣ ਭਾਰਤ ਹੈ, ਭਾਵੇਂ ਉੱਤਰ ਭਾਰਤ ਹੈ, ਭਾਵੇਂ ਮੱਧ ਭਾਰਤ ਹੈ, ਜਿੱਧਰਲੇ ਪਾਸੇ ਵੀ ਵੇਖੋ ਖੇਤੀਬਾੜੀ ਕਰਨ ਵਾਲਾ ਜਿਹੜਾ ਕਿਸਾਨ ਹੈ ਉਹਦੇ ਹਾਲਾਤ ਮਾੜੇ ਤੋਂ ਮਾੜੇ ਹੋਈ ਜਾਂਦੇ ਸੀ। ਹੁਣ ਖੇਤੀਬਾੜੀ ਕਰਨ ਵਾਲੇ ਕਿਸਾਨ ਨੂੰ ਜਦੋਂ ਮਹਾਰਾਸ਼ਟਰ ਦੇ ਵਿੱਚ ਕਿਹਾ ਜਾਂਦਾ ਸੀ ਕਿ ਸਭ ਤੋਂ ਵੱਧ ਖੁਦਕੁਸ਼ੀਆਂ ਉੱਥੇ ਹੋ ਰਹੀਆਂ, ਸਰਕਾਰ ਵੀ ਥੋੜੇ ਦਿਨ ਪਹਿਲਾਂ ਤੱਕ ਉੱਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਚੱਲਦੀ ਸੀ, ਪਰ ਉੱਧਰਲੇ ਪਾਸੇ ਧਿਆਨ ਕੋਈ ਨਹੀਂ। ਹੁਣ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਸਾਡੀ ਕੇਂਦਰ ਸਰਕਾਰ ਦੇ ਕੋਲ ਅੰਕੜਾ ਕੋਈ ਹੈ ਨਹੀਂ, ਇਹ ਤਾਂ ਕਿਸੇ ਸਿਆਣੇ ਮੈਂਬਰ ਪਾਰਲੀਮੈਂਟ ਨੇ, ਆ ਜਿਹੜਾ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਮੁੱਕਿਆ ਨਾ, ਉਹਦੇ ਵਿੱਚ ਇੱਕ ਸਵਾਲ ਪੁੱਛ ਲਿਆ ਕਿ ਆਹ 2019 ਚੱਲਦਾ, ਚਲੋ ਦਸੰਬਰ ਮਹੀਨਾ ਹੈਗਾ, ਦਸੰਬਰ ਰਹਿਣ ਦਿਓ, ਆ 2019 ਦੇ ਨਵੰਬਰ ਮਹੀਨੇ ਤੱਕ ਭਾਰਤ ਦੇ ਵਿੱਚ ਕੁੱਲ ਕਿੰਨੇ ਕਿਸਾਨ, ਕੁੱਲ ਕਿੰਨੇ ਖੇਤ ਮਜ਼ਦੂਰ, ਯਾਨੀ ਕਿ ਖੇਤੀਬਾੜੀ ਦੇ ਨਾਲ ਸਿੱਧਿਆਂ ਸੰਬੰਧਿਤ ਕਿੰਨੇ ਲੋਕ ਖੁਦਕੁਸ਼ੀਆਂ ਕਰ ਚੁੱਕੇ ਆ, ਸਾਲ ਦੀ ਐਵਰੇਜ ਕੀ ਹੈ, ਪਿਛਲੇ ਸਾਲਾਂ ਦੇ ਮੁਕਾਬਲੇ ਖੁਦਕੁਸ਼ੀਆਂ ਦੀ ਦਰ ਗਿਣਤੀ ਵਧੀ ਹੈ ਜਾਂ ਘਟੀ ਹੈ, ਮਾੜਾ ਜਿਹਾ ਦੱਸਿਓ। ਲੋਕ ਸੁਣ ਰਹਿ ਗਏ
लोग हैरान रह गए कि इदां भी हुंदी आ। साडी सरकार दे मंत्री साहब खेती ते किसान भलाई मंत्री आ नरेंद्र सिंह तोमर, ਉਹ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਲਿਖ ਕੇ ਵੀ ਤੇ ਬੋਲ ਕੇ ਵੀ ਲੋਕ ਸਭਾ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 2016 ਤੱਕ ਤਾਂ ਸਾਨੂੰ ਪਤਾ ਕਿ ਭਾਰਤ ਦੇ ਵਿੱਚ ਕਿੰਨੇ ਕਿਸਾਨ ਤੇ ਕਿੰਨੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ, ਪਰ ਸਾਡੇ ਕੋਲੇ 2017, 2018 ਤੇ 2019 ਦੇ ਪਹਿਲੇ 11 ਮਹੀਨਿਆਂ ਦਾ ਕੋਈ ਅੰਕੜਾ ਨਹੀਂ, ਜਾਣੀ ਕਿ ਪਿਛਲੇ 35 ਮਹੀਨਿਆਂ 'ਚ ਭਾਰਤ ਦੇ ਕਿਹੜੇ ਕਿਸਾਨ ਨੇ ਫਾਹਾ ਲਿਆ, ਕਿਹੜਾ ਕਿਸਾਨ ਨਹਿਰ ਦੇ ਵਿੱਚ ਛਾਲ ਮਾਰ ਕੇ ਮਰਿਆ, ਕਿਹੜੇ ਕਿਸਾਨ ਨੇ ਜ਼ਹਿਰ ਪੀਤੀ, ਕੁਝ ਨਹੀਂ ਜੇ ਪਤਾ। ਸਾਡੀ ਸਰਕਾਰ ਵਿਸਰੀ ਹੈ ਕਿਉਂਕਿ ਉਹਨਾਂ ਦੇ ਕੋਲ ਕੰਮ ਆ ਨਾ ਕਿ 2022 ਤੱਕ ਭਾਰਤ ਦੇ ਕਿਸਾਨਾਂ ਦੀ ਆਮਦਨ ਉਹਨਾਂ ਨੇ ਦੁੱਗਣੀ ਕਿਵੇਂ ਕਰਨੀ ਹੈ। ਅਗਲੇ ਤਾਂ ਉਧਰਲੇ ਪਾਸੇ ਲੱਗੇ ਹੋ। ਚਲੋ ਹੁਣ ਅੰਕੜਾ ਹੈ ਨੀ, ਮੰਤਰੀ ਸਾਹਿਬ ਨੇ ਔਨ ਰਿਕਾਰਡ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਮੰਨ ਲਈ। ਚਲੋ ਮੰਨ ਲਈ, ਆਪਾਂ ਉਹਨਾਂ ਦੀ ਸਾਫ ਗੋਈ, ਉਹਨਾਂ ਦੀ ਸੱਚਾਈ, ਉਹਨਾਂ ਦੀ ਸੱਚ ਬੋਲਣ ਦੀ ਸਮਰੱਥਾ ਜਿਹੜੀ ਹੈ ਉਹਨੂੰ ਸਲਿਊਟ ਕਰ ਲੈਂਦੇ ਆ ਕਿ ਕਿਤੇ ਗੱਲ ਗੋਲ ਹੀ ਨਹੀਂ ਕਰ ਗਏ। ਪਰ ਕਮਾਲ ਦੀ ਗੱਲ ਹੈ ਕਿ ਜੇ ਤਾਂ ਕਿਸਾਨਾਂ ਦੁਆਰਾ ਕੀਤੀ ਜਾਣ ਵਾਲੀ ਖੁਦਕੁਸ਼ੀ ਦਾ ਮਸਲਾ ਬਹੁਤ ਛੋਟਾ ਹੁੰਦਾ, ਕਿਤੇ ਸਾਲ 'ਚ 5-4 ਕਿਸਾਨ ਖੁਦਕੁਸ਼ੀ ਕਰਦੇ ਹੁੰਦੇ, ਫਿਰ ਤਾਂ ਆਪਾਂ ਮੰਨਦੇ ਕਿ ਭਾਈ ਮਸਲਾ ਹੀ ਇੰਨਾ ਛੋਟਾ ਸੀ, ਸਰਕਾਰ ਹੁਣ ਕਿੱਥੇ ਗਿਣਤੀਆਂ ਮਿਣਤੀਆਂ ਕਰਦੀ ਰਹੇ, ਇਹ ਤਾਂ ਕੋਈ ਬਹੁਤਾ ਵੱਡਾ ਮਸਲਾ ਹੀ ਨਹੀਂ ਸੀ। ਪਰ ਜਿਹੜੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦਾ ਮਸਲਾ ਦੇਸ਼ ਦੇ ਸਭ ਤੋਂ ਵੱਡੇ ਮਸਲਿਆਂ ਦੇ ਵਿੱਚੋਂ ਇੱਕ ਹੋ ਗਿਆ ਸੀ, ਤੇ ਜੇ ਉਸ ਮਸਲੇ ਦੇ ਉੱਤੇ ਵੀ ਸਾਡੀ ਸਰਕਾਰ ਦੇ ਕੋਲੇ ਸਮਾਂ ਹੀ ਨਹੀਂ, ਸਾਡੀ ਸਰਕਾਰ ਦੇ ਕੋਲੇ ਟਾਈਮ ਹੀ ਨਹੀਂ ਕਿ ਅਸੀਂ ਪਤਾ ਸ਼ਤਾ ਕਰ ਸਕੀਏ ਕਿ ਹਾਲਾਤ ਕੀ ਹੈ, ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਪਿਛਲੀ ਵਾਰ ਦੇ ਨਾਲੋਂ ਗਿਣਤੀ ਘਟੀ ਕਿ ਪਿਛਲੀ ਵਾਰ ਦੇ ਨਾਲੋਂ ਗਿਣਤੀ ਵਧੀ। ਜੇ ਹੈ ਨੀ ਹਿਸਾਬ ਕਿਤਾਬ ਤਾਂ ਫਿਰ ਤਾਂ 2022 ਦੇ ਵਿੱਚ ਤੁਸੀਂ ਆਮਦਨ ਦੁੱਗਣੀ ਹੋ ਹੀ ਲਓ, ਹੁਣ ਨਹੀਂ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਰੋਕ ਸਕਦੀ। ਹੁਣ ਤੁਸੀਂ ਦੇਖੋ 11,379 ਬੰਦੇ ਖੁਦਕੁਸ਼ੀ ਕਰਦੇ ਆ 2017 'ਚ, ਜਿਹਦੇ ਵਿੱਚ 6,270 ਕਿਸਾਨ ਆ, 5,109 ਖੇਤੀਬਾੜੀ ਵਾਲੇ ਮਜ਼ਦੂਰ ਆ। ਪਰ ਇਹਦੇ ਤੋਂ ਬਾਅਦ ਉਹ ਕਹਿੰਦੇ ਜੀ ਗ੍ਰਹਿ ਮੰਤਰਾਲੇ ਦੇ ਅਧੀਨ ਕੌਮੀ ਅਪਰਾਧ ਰਿਕਾਰਡ ਬਿਊਰੋ ਆਉਂਦਾ, ਉਹ ਇੱਦਾਂ ਦੇ ਅੰਕੜੇ ਇਕੱਠੇ ਕਰਦਾ ਹੁੰਦਾ, ਪਰ ਉਹਨਾਂ ਨੇ ਇੱਦਾਂ ਦਾ ਕੋਈ ਅੰਕੜਾ ਸਾਨੂੰ ਦੁਬਾਰਾ ਦਿੱਤਾ ਹੀ ਨਹੀਂ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੇ ਮੁਲਕ ਦੇ ਵਿੱਚ 11,000 ਕਿਸਾਨ ਖੁਦਕੁਸ਼ੀਆਂ ਕਰਦਾ, ਉਸ ਮੁਲਕ ਦੀ ਸਰਕਾਰ ਇਹ ਪਤਾ ਨਾ ਲਾਉਂਦੀ ਹੋਊਗੀ ਕਿ ਪਿਛਲੀ ਵਾਰ ਦੇ ਨਾਲੋਂ ਖੁਦਕੁਸ਼ੀਆਂ ਵਧੀਆ ਕਿ ਘਟੀਆਂ। ਜੇ ਉਹਨਾਂ ਨੂੰ ਇੰਨਾ ਹੀ ਨਹੀਂ ਪਤਾ ਕਿ ਪਿਛਲੇ ਵਰੇ ਦੇ ਨਾਲੋਂ ਖੁਦਕੁਸ਼ੀਆਂ ਦੀ ਗਿਣਤੀ ਵਧੀਆ ਜਾਂ ਘਟੀ ਆ, ਤੇ ਆਮਦਨ ਦੁੱਗਣੀ ਕਰਨ ਦੀ ਗੱਲ ਉਹ ਕਰ ਵੀ ਕਿਵੇਂ ਸਕਦੇ ਆ। ਪਰ ਨਾ, ਸਾਡਾ ਤਾਂ ਕੋਈ ਮਸਲਾ ਹੀ ਨਹੀਂ। ਹੁਣ ਹੋਰ ਦੇਖੋ ਕਿੰਨਾ ਵਧੀਆ ਘੜਿਆ ਘੜਾਇਆ ਜਵਾਬ ਆ। ਤੋਮਰ ਸਾਹਿਬ ਨੇ ਜਦੋਂ ਸਵਾਲ ਪੁੱਛਿਆ ਸੀ ਨਾ, ਜਵਾਬ ਦਿੰਦੇ ਆ ਉਹ ਕਹਿੰਦੇ ਜੀ ਦੇਖੋ ਇੱਥੇ ਸੰਘੀ ਢਾਂਚਾ ਆ, ਸੰਘੀ ਢਾਂਚੇ 'ਚ ਨਾ ਕਈ ਅਧਿਕਾਰ ਕੇਂਦਰ ਦੀ ਸਰਕਾਰ ਕੋਲ ਹੁੰਦੇ ਆ, ਕਈ ਅਧਿਕਾਰ ਸੂਬਿਆਂ ਦੀ ਸਰਕਾਰ ਕੋਲ ਹੁੰਦੇ ਆ, ਤੇ ਆਹ ਜਿਹੜਾ ਖੇਤੀਬਾੜੀ ਵਾਲਾ ਮਸਲਾ ਜਿਹਾ ਹੈਗਾ ਨਾ, ਇਹ ਸਾਰੇ ਦੇ ਸਾਰੇ ਅਧਿਕਾਰ ਸੂਬਿਆਂ ਦੀਆਂ ਸਰਕਾਰਾਂ ਦੇ ਕੋਲ ਹੈ। ਇਸ ਕਰਕੇ ਕੇਂਦਰ ਸਰਕਾਰ ਦੇ ਕੋਲੇ ਅੰਕੜਾ ਖੁਦਕੁਸ਼ੀਆਂ ਦਾ ਹੈਗਾ, ਕੇਂਦਰ ਸਰਕਾਰ ਦੇ ਕੋਲੇ ਖੁਦਕੁਸ਼ੀਆਂ ਦਾ ਅੰਕੜਾ ਹੈ ਨਹੀਂ, ਇਹਦੇ ਨਾਲ ਕੋਈ ਬਹੁਤਾ ਸਾਨੂੰ ਫਰਕ ਨਹੀਂ ਪੈਂਦਾ ਕਿਉਂਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ। ਕਮਾਲ ਹੋ ਗਈ ਹੈ, ਬਾਕੀ ਸਾਰੀਆਂ ਚੀਜ਼ਾਂ ਅਧਿਕਾਰ ਖੇਤਰ 'ਚ ਹੈਗੀਆਂ, ਕਿਹਦੇ GST ਦੇ ਪੈਸੇ ਰੋਕਣੇ ਆ, ਕਿਹਦੇ ਦੇਣੇ ਆ, ਕਿਹੜਾ ਕਾਨੂੰਨ ਪਾਸ ਕਰਨਾ ਤੇ ਕਿਹੜਾ ਨਹੀਂ ਕਰਨਾ, ਕਿੱਥੇ ਜਾ ਕੇ ਗਰੰਟਾਂ ਦੇ ਕੱਫੇ ਦੇਣੇ ਆ ਤੇ ਕਿੱਥੇ ਜਾ ਕੇ ਗਰੰਟਾਂ ਦਾ ਹੜ ਰੋਕਣਾ, ਉਹ ਸਾਰਾ ਕੁਝ ਹੈਗਾ। ਤਾਂ ਕੇਂਦਰ ਸਰਕਾਰ ਦਾ ਇੰਨਾ ਕੁ ਬਣਦਾ ਨਹੀਂ ਫਰਜ਼ ਮਾੜਾ ਮੋਟਾ ਕਿ ਭਾਈ ਇੰਨੇ ਕਿਸਾਨ ਜਦੋਂ ਖੁਦਕੁਸ਼ੀਆਂ ਕਰੀ ਜਾਂਦੇ ਆ, ਜਦੋਂ ਰੋਜ਼ ਕਿਸਾਨਾਂ ਦੀ ਗਿਣਤੀ ਕਈ ਕਈ ਹੋ ਗਈ ਹੈ, ਤੇ ਇਹਦੇ ਬਾਵਜੂਦ ਵੀ ਆਪਾਂ ਇਹ ਕਹਿ ਕੇ ਪੱਲਾ ਕਿਵੇਂ ਝਾੜ ਸਕਦੇ ਹਾਂ ਕਿ ਭਾਈ ਇਹ ਤਾਂ ਸੂਬਿਆਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ। ਇਸ ਕਰਕੇ ਉਡੀਕੋ ਭਾਈ, 2020 ਤਾਂ ਆਉਣ ਵਾਲਾ, ਦਿਨ ਸਾਰੇ 15 ਰਹਿ ਗਏ, 21 ਆ ਜਾਣਾ, 22 ਵੀ ਆਇਆ ਖੜਿਆ, ਉਹਦੇ ਤੋਂ ਬਾਅਦ ਕਿਸਾਨ ਨੂੰ ਫਿਰ ਕੰਮ ਕਾਰ ਕਰਨ ਦੀ ਲੋੜ ਨਹੀਂ, ਧਰਾਣੇ ਥੱਲੇ ਬਾਂਹ ਦੇ ਕੇ ਸੌ ਜਾਓ ਕਿਉਂਕਿ ਆਮਦਨ ਤਾਂ ਤੁਹਾਡੀ ਦੁੱਗਣੀ ਹੋ ਜਾਣੀ ਹੈ ਜੀ। ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਨੂੰ ਮੌਤ ਦੀ ਸਜ਼ਾ ਸੁਣਾਤੀ ਜੀ। ਦੇਖੋ ਗੁਆਂਢ ਦੇ ਵਿੱਚੋਂ ਨਾ ਖਬਰਾਂ ਬੜੀਆਂ ਕਮਾਲ ਦੀਆਂ ਆਉਂਦੀਆਂ ਹੁੰਦੀਆਂ, ਕੋਈ ਪਤਾ ਨਹੀਂ ਲੱਗਦਾ ਉੱਥੇ ਕਦੋਂ ਲੋਕਤੰਤਰ ਹੈ ਤੇ ਕਦੋਂ ਫੌਜੀ ਰਾਜ ਹੋ ਗਿਆ ਜੀ। ਕੋਈ ਪਤਾ ਨਹੀਂ ਲੱਗਦਾ ਕਿ ਉੱਥੇ ਪ੍ਰਧਾਨ ਮੰਤਰੀ ਸਰਕਾਰ ਚਲਾਉਂਦਾ ਹੈ ਕਿ ਕਿਸੇ ਦੇ ਕਹਿਣ ਦੇ ਉੱਤੇ ਕੋਈ ਬੰਦਾ ਹੋਰ ਪ੍ਰਧਾਨ ਮੰਤਰੀ ਨੂੰ ਚਲਾਈ ਜਾਂਦਾ।
ਹੁਣ ਕਿਸੇ ਵੇਲੇ ਪਾਕਿਸਤਾਨੀ ਫੌਜ ਦਾ ਮੁਖੀ ਸੀ ਪਰਵੇਜ਼ ਮੁਸ਼ਰਫ, ਉਹਦੇ ਤੋਂ ਬਾਅਦ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਗਿਆ। ਕਦੇ ਇਹ ਬੰਦਾ ਦੁਹਾਈ ਦਿੰਦਾ ਹੁੰਦਾ ਸੀ ਜੀ ਮੇਰਾ ਜਹਾਜ਼ ਨਹੀਂ ਉਤਰਨ ਦਿੰਦਾ ਸੀ ਉਸ ਵੇਲੇ ਦਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਉਹ ਤਾਂ ਮੈਂ ਮਸਾਂ ਬਚਿਆ ਤੇ ਫਿਰ ਮਜਬੂਰੀ ਦੇ ਵਿੱਚ ਜਾ ਕੇ ਉਹਦੀ ਸਰਕਾਰ ਨੂੰ ਭੰਗ ਕਰਕੇ ਫਿਰ ਫੌਜੀ ਰਾਜ ਜਿਹੜਾ ਲਾਉਣਾ ਪਿਆ। ਉਹਨੂੰ ਕਿੱਥੇ ਚਿੱਤ ਕਰਦਾ ਸੀ ਕਿ ਪਾਕਿਸਤਾਨ ਦੇ ਵਿੱਚ ਲੋਕਤੰਤਰ ਵਾਲੇ ਮਸਲੇ ਨੂੰ ਬ੍ਰੇਕਾਂ ਮਾਰ ਕੇ ਆਪਾਂ ਫੌਜੀ ਰਾਜ ਵਾਲਾ ਕੰਮ ਕਰ ਜਿਹੜਾ ਉਹ ਸ਼ੁਰੂ ਕਰੀਏ। ਚਲੋ ਹੁਣ ਇਹ ਜਿਹੜੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਆ, ਉਹਨਾਂ ਨੂੰ ਅੱਜ ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਤੀ ਕਿ ਭਾਈ ਬੰਦੇ ਨੂੰ ਪਾਕਿਸਤਾਨ ਲਿਆ ਕੇ ਤੰਗ ਦਿਓ ਬਸ ਜਿੰਨੀ ਜਲਦੀ ਹੋ ਸਕਦਾ, ਇਹ ਬੰਦਾ ਹੁਣ ਜਿਉਂਦਾ ਨਹੀਂ ਛੱਡਣਾ। ਉਹਦਾ ਕਾਰਨ ਕੀ ਰਿਹਾ? ਅਸਲ ਦੇ ਵਿੱਚ ਪਰਵੇਜ਼ ਮੁਸ਼ਰਫ ਦੇ ਖਿਲਾਫ ਦੋਸ਼ ਲੱਗਾ ਸੀ ਕਿ 3 ਨਵੰਬਰ 2007 ਨੂੰ ਉਹਨਾਂ ਨੇ ਪਾਕਿਸਤਾਨ ਦਾ ਸੰਵਿਧਾਨ ਜਿਹੜਾ ਉਹਨੂੰ ਹਵਾ ਹਵਾਈ ਕਰਕੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰਤੀ ਸੀ। ਇਸ ਕਰਕੇ ਉਹਨਾਂ ਨੇ ਦੇਸ਼ ਧਰੋਹ ਕੀਤਾ ਸੀ, ਜਿਹੜਾ ਕਿ ਕੌਂਸਟੀਟਿਊਸ਼ਨ ਜਿਹੜਾ ਇਸ ਤਰੀਕੇ ਸਸਪੈਂਡ ਕਰ ਦਿੱਤਾ ਸੀ ਜੀ। ਤੇ ਉਸੇ ਹੀ ਦੇਸ਼ ਧਰੋਹ ਦਾ ਉਹਨਾਂ ਨੂੰ 2014 ਸਾਲ ਦੇ ਮਾਰਚ ਮਹੀਨੇ ਦੋਸ਼ੀ ਪਾਇਆ ਤੇ ਜਦੋਂ 2014 ਚ ਦੋਸ਼ੀ ਪਾਇਆ ਤਾਂ ਸਵਾਲ ਮਨ ਚ ਇਹ ਵੀ ਆ ਸਕਦਾ ਕਿ 5 ਸਾਲ ਸਜ਼ਾ ਨਹੀਂ ਸੁਣਾਈ। ਅਸਲ ਦੇ ਵਿੱਚ ਜਿਵੇਂ ਭਾਰਤ ਦੀਆਂ ਅਦਾਲਤਾਂ ਨੇ ਕਿ ਹੇਠਲੀ ਤੋਂ ਉੱਪਰਲੀ ਚਲੇ ਜਾਓ, ਉੱਪਰਲੀ ਤੋਂ ਹੋਰ ਉੱਪਰਲੀ ਚਲੇ ਜਾਓ, ਉਹਦੇ ਤੋਂ ਬਾਅਦ ਸਿਖਰਲੀ ਚਲੇ ਜਾਓ, ਇੱਦਾਂ ਹੀ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦੇ ਵਕੀਲ ਵੀ ਇੱਕ ਤੋਂ ਬਾਅਦ ਦੂਸਰੀ ਅਦਾਲਤ, ਦੂਸਰੀ ਤੋਂ ਬਾਅਦ ਤੀਸਰੀ ਅਦਾਲਤ, ਫਿਰ ਚੌਥੀ ਅਦਾਲਤ ਦੇ ਵਿੱਚ ਚੱਕਰ ਮਾਰਦੇ ਰਹੇ ਤੇ 2014 ਦਾ ਦੋਸ਼ੀ ਕਰਾਰ ਦਿੱਤਾ। ਤੇ ਜਿਹੜਾ ਪਰਵੇਜ਼ ਮੁਸ਼ਰਫ ਆ ਉਹ 5 ਸਾਲ ਇੱਕ ਅਦਾਲਤ ਤੋਂ ਦੂਜੀ ਅਦਾਲਤ ਟਪੂਸੀ ਮਾਰਦਾ ਮਾਰਦਾ ਹੀ ਸਜ਼ਾ ਤੋਂ ਜਿਹੜਾ ਉਹ ਬਚਦਾ ਰਿਹਾ। ਤੇ ਇਹਦੇ ਦਰਮਿਆਨ ਹੀ ਮਾਰਚ 16 ਚ, ਜਾਣੀ ਕਿ ਤਕਰੀਬਨ 3.5 ਸਾਲ ਪਹਿਲਾਂ, ਮੁਸ਼ਰਫ ਨੇ ਜਿਹੜੀ ਹੌਲੀ ਰਫਤਾਰ ਦੇ ਨਾਲ ਇੱਕ ਕਾਨੂੰਨੀ ਪ੍ਰਕਿਰਿਆ ਚੱਲਦੀ ਸੀ ਉਹਦਾ ਲਾਹਾ ਲਿਆ, ਪਾਕਿਸਤਾਨ ਛੱਡਤਾ, ਦੁਬਈ ਪਹੁੰਚ ਗਿਆ। ਉੱਥੇ ਜਾ ਕੇ ਹੁਣ ਉਹਨੇ ਕਈ ਵਾਰੀ ਬੇਨਤੀ ਕੀਤੀ ਆ, ਪਿਛਲੇ ਦਿਨੀ ਵੀ ਲਾਹੌਰ ਹਾਈ ਕੋਰਟ ਦੇ ਵਿੱਚ ਉਹਨੇ ਪਟੀਸ਼ਨ ਪਾਤੀ ਸੀ ਆਪਣੇ ਵਕੀਲਾਂ ਦੇ ਰਾਹੀਂ ਕਿ ਆ ਜਿਹੜੀ ਸਪੈਸ਼ਲ ਕੋਰਟ ਦੇ ਵਿੱਚ ਮੇਰੇ ਖਿਲਾਫ ਦੇਸ਼ ਧਰੋਹ ਦਾ ਤੇ ਹੋਰ ਕਈ ਮਾਮਲੇ ਚੱਲਦੇ ਆ, ਤੁਸੀਂ ਉਹਨਾਂ ਤੇ ਰੋਕ ਲਾ ਦਿਓ, ਜਦੋਂ ਤੱਕ ਲਾਹੌਰ ਹਾਈ ਕੋਰਟ ਫੈਸਲਾ ਨਹੀਂ ਦਿੰਦੀ ਤੁਸੀਂ ਹੁਕਮ ਦੇ ਦਿਓ ਕਿ ਭਾਈ ਬਾਕੀ ਕੋਈ ਅਦਾਲਤ ਫੈਸਲਾ ਨਹੀਂ ਕਰ ਸਕਦੀ। ਪਰ ਉਹਦੀਆਂ ਆਸਾਂ ਨੂੰ ਬੂਰ ਪਿਆ ਨਹੀਂ ਤੇ ਅੱਜ ਸਪੈਸ਼ਲ ਅਦਾਲਤ ਨੇ ਜਨਰਲ ਪਰਵੇਜ਼ ਮੁਸ਼ਰਫ ਨੂੰ ਮੌਤ ਦੀ ਸਜ਼ਾ ਜਿਹੜੀ ਹੈ ਉਹ ਸੁਣਾਤੀ। ਚਲੋ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ, ਲਾਲ ਮਸਜਿਦ ਦਾ ਧਾਰਮਿਕ ਗੁਰੂ, ਇਹਨਾਂ ਦੋਵਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਪਰਵੇਜ਼ ਮੁਸ਼ਰਫ ਭਗੌੜਾ ਹੈ। ਜਾਣੀ ਕਿ ਜੇ ਇੱਕ ਅੱਧੇ ਕੇਸ ਦੇ ਵਿੱਚ ਕਿਤੇ ਉੱਪਰਲੀ ਹੇਠਲੀ ਅਦਾਲਤ ਦੇ ਵਿੱਚ ਉਹਨੂੰ ਮਾੜੀ ਮੋਟੀ ਰਾਹਤ ਮਿਲੀ ਵੀ ਤਾਂ 2 ਕੇਸ ਹੋਰ ਨੇ ਜਿਹੜੇ ਕਿ ਸਿੱਧੇ ਤੌਰ ਦੇ ਉੱਤੇ ਮੁਸ਼ਰਫ ਦੇ ਲਈ ਕਿਤੇ ਨਾ ਕਿਤੇ ਸਮੱਸਿਆ ਦਾ ਕਾਰਨ ਜਿਹੜੇ ਉਹ ਬਣ ਸਕਦੇ ਆ। ਦੂਸਰਾ ਮੈਂ ਇਹ ਵੀ ਦੱਸਦਿਆਂ ਕਿ ਪਰਵੇਜ਼ ਮੁਸ਼ਰਫ ਨੇ ਥੋੜੇ ਦਿਨ ਪਹਿਲਾਂ ਹਸਪਤਾਲ ਦੇ ਵਿੱਚੋਂ ਇੱਕ ਵੀਡੀਓ ਬਣਾ ਕੇ ਜਾਰੀ ਕੀਤਾ ਸੀ, ਮੰਜੇ ਦੇ ਉੱਤੇ ਲੰਮਾ ਪਿਆ ਕਹਿੰਦਾ ਜੀ ਦੇਸ਼ ਧਰੋਹ ਦਾ ਜਿਹੜਾ ਕੇਸ ਮੇਰੇ ਖਿਲਾਫ਼ ਬਣਾਇਆ ਬੇਬੁਨਿਆਦ ਆ, ਮੈਨੂੰ ਕਹਿੰਦੇ ਕਿ ਮੈਂ ਦੇਸ਼ ਨਾਲ ਗੱਦਾਰੀ ਕੀਤੀ ਹੈ। ਉਹ ਕਹਿੰਦੇ ਗੱਦਾਰੀ ਤਾਂ ਦੂਰ ਦੀ ਗੱਲ, ਮੈਂ ਤਾਂ ਆਪਣੇ ਮੁਲਕ ਦੀ ਖਿਦਮਤ ਕੀਤੀ ਆ, ਕਈ ਲੜਾਈਆਂ ਲੜੀਆਂ, 10 ਸਾਲ ਸੇਵਾ ਕੀਤੀ, ਅੱਜ ਮੇਰੇ ਮੁਲਕ ਦੇ ਵਿੱਚ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਮੇਰੇ ਖਿਲਾਫ਼ ਹੀ ਕਮਿਸ਼ਨ ਬਣੀ ਜਾਂਦੇ ਆ। ਉਹ ਕਹਿੰਦੇ ਬਣਾਉਣਾ ਬਣਾਓ, ਪਰ ਇੱਥੇ ਆ ਕੇ ਮਾੜੀ ਜੀ ਮੇਰੀ ਹਾਲਤ ਤਾਂ ਦੇਖੋ, ਇੱਥੇ ਆ ਕੇ ਮੇਰਾ ਬਿਆਨ ਦਰਜ ਕਰਨਾ ਤਾਂ ਕਰ ਲਓ, ਮੇਰੇ ਕੋਲੋਂ ਪਾਕਿਸਤਾਨ ਆਉਣਾ ਔਖਾ। ਹੁਣ ਦੇਖੋ ਕਦੇ ਕਹਿੰਦੇ ਹੁੰਦੇ ਨਾ ਕਿ ਸਤਨੈਬ ਜੀ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ, ਅੱਜ ਜਿਹੜੇ ਹਾਲਾਤਾਂ ਦੇ ਵਿੱਚ ਜਨਰਲ ਪਰਵੇਜ਼ ਮੁਸ਼ਰਫ ਆ, ਉਹਨਾਂ ਹਾਲਾਤਾਂ ਦੇ ਵਿੱਚ ਹੀ ਕਦੇ ਇਹਨੇ ਨਵਾਜ਼ ਸ਼ਰੀਫ ਧੱਕਿਆ ਸੀ, ਕਿਉਂਕਿ ਜਦੋਂ ਉਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਇਹਨੇ ਅੰਦਰ ਟੰਗ ਦਿੱਤਾ, ਉਦੋਂ ਕਹਿੰਦੇ ਸੀ ਕਿ ਉਹਦੀ ਕੋਠੜੀ ਦੇ ਵਿੱਚ ਸੱਪ ਵੀ ਛੱਡ ਦਿੱਤਾ ਸੀ। ਉਹਦੇ ਤੋਂ ਬਾਅਦ ਅਚਾਨਕ ਆਪਣੇ ਨਹੀਂ ਆਉਂਦਾ ਵਟਸਐਪ, ਨਹੀਂ ਅਜੇ ਨਹੀਂ ਆਉਂਦਾ, ਬਾਕੀ ਸਿੱਖਣ ਲੱਗੇ ਆਪਣੇ ਦੇਰ ਨਹੀਂ ਲਾਉਂਦੇ ਹੁੰਦੇ, ਕਿਉਂਕਿ ਕਾਪੀ ਪੇਸਟ ਤਾਂ ਇਹ ਝੱਟ ਕਰ ਲੈਂਦੇ ਆ ਜੀ। ਅੱਜ ਦਾ ਪਤਾ ਨਹੀਂ, ਪਰ ਭੜਕ ਨੂੰ ਇਹ ਕੀ ਕਰਨ ਲੱਗ ਪੈਣਗੇ ਕੁਝ ਨਹੀਂ ਪਤਾ। ਹੁਣ ਜਿਹੜੇ ਪਰਵੇਜ਼ ਮੁਸ਼ਰਫ ਨੇ ਪਹਿਲਾਂ ਇੱਕ ਵਾਰੀ ਨਵਾਜ਼ ਸ਼ਰੀਫ ਦੇਸ਼ ਦੇ ਵਿੱਚੋਂ ਭਜਾਇਆ ਸੀ ਕਿ ਚੱਲ ਭਾਈ ਜਾ ਕੇ ਉਹ ਅਰਬ ਦੇਸ਼ਾਂ ਦੇ ਟਿੱਬਿਆਂ ਦੇ ਵਿੱਚ ਜਾ ਕੇ ਮੌਜਾਂ ਮਾਣ, ਐਨ ਉਸੇ ਹਾਲਾਤ ਦੇ ਵਿੱਚ ਅੱਜ ਖੁਦ ਜਨਰਲ ਪਰਵੇਜ਼ ਮੁਸ਼ਰਫ ਆਇਆ ਹੋਇਆ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬੰਦੇ ਦਾ ਬਣਦਾ ਕੀ ਹੈ ਜੀ। ਤੇ ਆਪਣੇ ਜ਼ਿਲ੍ਹੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਨਹੀਂ ਕੁਛ ਬਣ ਰਿਹਾ? ਦੇਖੋ ਢੀਂਡਸਾ ਸਾਹਿਬ ਤਾਂ ਵੱਡੇ ਬੰਦੇ ਆ ਨਾ,
ਪਹਿਲਾਂ ਚੁੱਪ ਕਰਕੇ ਬੈਠੇ ਰਹਿ ਤੇ ਉਹਦੇ ਤੋਂ ਬਾਅਦ ਹੁਣ ਜੇ ਬੋਲੇ ਬੋਲਿਆ ਦੇਖੋ 5-7 ਮਹੀਨੇ ਜਦੋਂ ਬੰਦੇ ਨੇ ਰੈਸਟ ਕੀਤੀ ਹੋਵੇ, ਕਿਤੇ ਭਾਸ਼ਣ ਬਿਨਾਂ ਦੇਣਾ ਪਿਆ ਹੋਵੇ, ਕਿਸੇ ਕੋਰ ਕਮੇਟੀ ਦੀ ਬੈਠਕ ਚ ਬਿਨਾਂ ਜਾਣਾ ਪਿਆ ਹੋਵੇ, ਕਿਸੇ ਆਪਣੇ ਤੋਂ ਅੱਧੀ ਉਮਰ ਦੇ ਬੰਦੇ ਨੂੰ ਪ੍ਰਧਾਨ ਬਣਾਉਣ ਦੇ ਲਈ ਨਾ ਤਾਂ ਨਾਂ ਪੇਸ਼ ਕਰਨਾ ਪਿਆ ਹੋਵੇ, ਨਾ ਤਈ ਵੀ ਕਰਨੀ ਪਈ ਹੋਵੇ, ਫਿਰ ਬੰਦੇ ਨੂੰ ਮਾੜੀ ਮੋਟੀ ਸਾਹ ਆਉਣ ਵਾਲੀ ਗੱਲ ਤਾਂ ਹੁੰਦੀ ਹੈ ਨਾ। ਚਲੋ ਹੁਣ ਸੁਖਦੇਵ ਸਿੰਘ ਢੀਂਡਸਾ ਸਾਹਿਬ ਜਿਹੜੇ ਹੈ, ਆ ਜਦੋਂ ਹੁਣ ਅਕਾਲੀ ਦਲ ਟਕਸਾਲੀ ਦੇ ਸਮਾਗਮ ਦੇ ਵਿੱਚ ਜਾ ਕੇ ਪ੍ਰਧਾਨਗੀ ਕਰਿਆ ਹੈ ਜੀ, ਤਾਂ ਬਹੁਤ ਵੱਡਾ ਸਵਾਲ ਇਹ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਕੀ ਸੁਖਦੇਵ ਸਿੰਘ ਢੀਂਡਸਾ ਜ਼ਮੀਨੀ ਪੱਧਰ ਦੇ ਉੱਤੇ ਅਕਾਲੀ ਦਲ ਬਾਦਲ ਨੂੰ ਕੋਈ ਮਾੜੀ ਮੋਟੀ ਸੰਨ ਲਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ, ਇਹ ਵੱਡਾ ਸਵਾਲ ਖੜਾ ਹੋ ਗਿਆ। ਕਿਉਂਕਿ ਦੋ ਜ਼ਿਲ੍ਹੇ ਨੇ ਜਿਹੜੇ ਉਹਨਾਂ ਦੀ ਸਿਆਸੀ ਤੌਰ ਤੇ ਕਰਮ ਭੂਮੀ ਹੈ, ਇੱਕ ਬਰਨਾਲਾ ਤੇ ਦੂਸਰਾ ਸੰਗਰੂਰ, ਕਦੇ ਇੱਕੋ ਹੁੰਦਾ ਸੀ ਜ਼ਿਲ੍ਹਾ। ਹੁਣ ਦੋਵੇਂ ਜ਼ਿਲ੍ਹੇ ਜਿਹੜੇ ਆ ਉਹਨਾਂ ਜ਼ਿਲ੍ਹਿਆਂ ਦਾ ਜੇ ਆਪਾਂ ਹਿਸਾਬ ਕਿਤਾਬ ਜਿਹਾ ਲਾਈਏ ਤਾਂ ਉੱਥੋਂ ਦੇ ਅਕਾਲੀ ਦਲ ਦੇ ਕਾਡਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਕਿੰਨੀ ਕੁ ਸੇ ਆ, ਅਕਾਲੀ ਦਲ ਬਾਦਲ ਦੀ ਬਾਕੀ ਲੀਡਰਸ਼ਿਪ ਉਹਨਾਂ ਤੋਂ ਉੱਪਰ ਹੈ ਕਿ ਉਹਨਾਂ ਤੋਂ ਥੱਲੇ ਹੈ, ਇਹਦੀਆਂ ਗਿਣਤੀਆਂ ਮਿਣਤੀਆਂ ਸ਼ੁਰੂ ਹੋ ਗਈਆਂ। ਦੇਖੋ ਅਜੇ ਤੱਕ ਨਾ ਤਾਂ ਕਿਸੇ ਲੀਡਰ ਨੇ ਅਕਾਲੀ ਦਲ ਦੇ ਨੇ ਸੁਖਦੇਵ ਸਿੰਘ ਢੀਂਡਸਾ ਦੇ ਹੱਕ 'ਚ ਬਿਆਨ ਦਿੱਤਾ ਤੇ ਨਾ ਕਿਸੇ ਨੇ ਵਿਰੋਧ 'ਚ ਬਿਆਨ ਦਿੱਤਾ। ਵਿਰੋਧ ਵਿੱਚ ਬਿਆਨ ਦੇਣ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਅਕਾਲੀ ਦਲ ਦੀ ਉੱਪਰਲੀ ਲੀਡਰਸ਼ਿਪ ਚੁੱਪ ਬੈਠੀ ਹੈ ਤੇ ਭਾਈ ਕਰੀ ਜਾਣਦਾ ਜੋ ਕਰਦਾ, ਆਪਾਂ ਨਹੀਂ ਜੇ ਬੋਲਣਾ। ਜੇ ਕੋਈ ਪੱਤਰਕਾਰ ਪੁੱਛਦਾ ਵੀ ਹੈ ਤਾਂ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਹ ਕਹਿੰਦੀ ਆ, ਦੇਖੋ ਜੀ ਉਹ ਸਾਡੇ ਸੀਨੀਅਰ ਨੇ, ਸਾਡੇ ਟੱਬਰ ਦੇ ਬੰਦੇ ਆ, ਉਹ ਕਈ ਵਾਰੀ ਗੁੱਸਾ ਗਿਲਾ ਹੋ ਜਾਂਦਾ ਹੁੰਦਾ, ਉਹ ਕਈ ਵਾਰੀ ਬੰਦਾ ਐ ਰੋਸੇ 'ਚ ਆ ਕੇ ਸੱਜੇ ਖੱਬੇ ਹੋ ਜਾਂਦਾ, ਆਉਣਾ ਉਹਨਾਂ ਨੇ ਘਰੇ ਹੀ ਹੈ, ਆਪਣੇ ਪਰਿਵਾਰ ਦੇ ਬੰਦੇ ਆ, ਘਬਰਾਉਣ ਦੀ ਲੋੜ ਕੋਈ ਨਹੀਂ। ਉਨੀ ਦੇਰ ਤਾਂ ਸੰਗਰੂਰ ਤੇ ਬਰਨਾਲੇ ਦੇ ਬਾਦਲ ਪੱਖੀ ਅਕਾਲੀਆਂ ਨੇ ਵੀ ਚੁੱਪ ਰਹਿਣਾ, ਕਿਉਂਕਿ ਜੇ ਵੱਡੇ ਨਹੀਂ ਬੋਲਦੇ ਤਾਂ ਛੋਟੇ ਕਿਹੜਾ ਬੋਲਣ ਲੱਗੇ ਆ। ਪਰ ਜੇ ਇੱਕ ਵਾਰੀ ਕਿਤੇ ਹਾਈਕਮਾਂਡ ਦੇ ਵਿੱਚੋਂ ਇਦਾਂ ਦੀ ਇੰਡੀਕੇਸ਼ਨ ਮਿਲ ਗਈ ਕਿ ਹੁਣ ਭਾਈ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਸਿਆਸੀ ਤੌਰ ਤੇ ਧੋਣਾ ਸ਼ੁਰੂ ਕਰ ਦਿਓ, ਤਾਂ ਫਿਰ ਹੇਠਲੀ ਪੱਧਰ ਦੇ ਉੱਤੇ ਕਈਆਂ ਨੇ ਕਸਰ ਵੀ ਕੋਈ ਨਹੀਂ ਛੱਡਣੀ, ਉਹ ਤਾਂ ਉਡੀਕਦੇ ਆ ਪਿਛਲੇ ਕਈਆਂ ਸਾਲਾਂ ਤੋਂ, ਕਦੇ ਇਦਾਂ ਦਾ ਮੌਕਾ ਆਵੇ ਸਹੀ। ਦੂਸਰਾ ਹੱਕ 'ਚ ਬੋਲਣ ਵਾਲੇ, ਦੇਖੋ ਅਜੇ ਤੱਕ ਨਾ ਕੋਈ ਐਸ ਜੀ ਪੀ ਸੀ ਦਾ ਮੈਂਬਰ, ਨਾ ਕੋਈ ਅਕਾਲੀ ਦਲ ਦਾ ਵਰਕਰ, ਨਾ ਕੋਈ ਅਕਾਲੀ ਦਲ ਦੇ ਅਹੁਦੇ ਦੇ ਉੱਤੇ ਕਾਬਜ਼ ਬਰਨਾਲੇ ਤੇ ਸੰਗਰੂਰ ਦਾ ਕੋਈ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਹੱਕ 'ਚ ਵੀ ਨਹੀਂ ਬੋਲਿਆ ਕਿ ਢੀਂਡਸਾ ਸਾਹਿਬ ਉੱਧਰ ਟਕਸਾਲੀਆਂ ਦੇ ਸਮਾਗਮ 'ਚ ਗਏ ਆ, ਚੰਗਾ ਹੋਇਆ ਤੇ ਮੈਂ ਨਾਲ ਜਾਊਂ। ਪਤਾ ਢੀਂਡਸਾ ਸਾਹਿਬ ਨੂੰ ਵੀ ਹੈਗਾ ਕਿ ਭਾਈ ਉਹਨਾਂ ਦੀ ਆਪਣੇ ਹੀ ਦੋ ਜ਼ਿਲ੍ਹਿਆਂ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵਕਤ ਇੰਨੀ ਜ਼ਿਆਦਾ ਨਹੀਂ ਕਿ ਉਹ ਅਕਾਲੀ ਦਲ ਬਾਦਲ ਨੂੰ ਬਹੁਤ ਵੱਡਾ ਰਗੜਾ ਲਾ ਦੇਣ, ਕਿਉਂਕਿ ਅਕਾਲੀ ਦਲ ਬਾਦਲ ਵੱਲੋਂ ਟਿਕਟ ਲੈ ਲਿਆ ਕਿ ਸੁਨਾਮ ਤੋਂ ਇੱਕ ਦੋ ਵਾਰੀ ਹਰੇ ਵੀ ਆ, ਲੋਕ ਸਭਾ ਦੀ ਚੋਣ ਸੰਗਰੂਰ ਤੋਂ ਵੀ ਹਰੇ ਆ, ਚੰਗੀਆਂ ਵੋਟਾਂ ਨਾਲ ਹਰਦੇ ਰਹੇ ਆ, 2-2 ਲੱਖ ਵੋਟਾਂ ਨਾਲ ਹਰਦੇ ਰਹੇ ਆ। ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਾਂ ਪਹਿਲਾਂ ਹੀ ਪਤਾ ਕਿ ਢੀਂਡਸਾ ਸਾਹਿਬ ਭਾਵੇਂ ਸਿੱਧੇ ਤੌਰ ਤੇ ਪਾਰਟੀ ਛੱਡ ਜਾਣ, ਭਾਵੇਂ ਅਸਿੱਧੇ ਤੌਰ ਦੇ ਉੱਤੇ ਪਾਰਟੀ ਛੱਡ ਦੇਣ, ਸਾਨੂੰ ਬਹੁਤਾ ਜ਼ਿਆਦਾ ਫਰਕ ਇਸ ਕਰਕੇ ਨਹੀਂ ਪੈਣਾ ਕਿਉਂਕਿ ਉਹਨਾਂ ਨੇ ਢੀਂਡਸਾ ਸਾਹਿਬ ਦੇ ਜ਼ਿਲ੍ਹੇ ਦੇ ਵਿੱਚੋਂ ਹੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਥਾਪੀ ਦੇ ਦੇ ਕੇ ਪਹਿਲੇ ਸਿਆਸੀ ਤੌਰ ਤੇ ਤਕੜਾ ਕਰ ਲਿਆ, ਧਾਰਮਿਕ ਤੌਰ ਤੇ ਵੀ ਮਜ਼ਬੂਤ ਕਰ ਲਿਆ, ਉੱਧਰ ਬਰਨਾਲਾ ਪਰਿਵਾਰ ਨੂੰ ਵੀ ਦੁਬਾਰਾ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੇ ਢੀਂਡਸਾ ਸਾਹਿਬ ਨੂੰ 10 ਪਹਿਲੇ ਦਿੱਤਾ ਸੀ ਕਿ ਭਾਈ ਪਹਿਲਾਂ ਬਰਨਾਲਾ ਸਾਹਿਬ ਨੂੰ ਥੱਲੇ ਲਾਉਣ ਲਈ ਤੁਹਾਨੂੰ ਉੱਪਰ ਚੁੱਕਿਆ, ਹੁਣ ਤੁਹਾਨੂੰ ਉੱਪਰ ਚੁੱਕਣ ਲਈ ਬਰਨਾਲਾ ਪਰਿਵਾਰ ਨੂੰ ਆਪਾਂ ਜਿਹੜਾ ਤੁਹਾਨੂੰ ਥੱਲੇ ਲਾਉਣ ਦੇ ਲਈ ਬਰਨਾਲਾ ਪਰਿਵਾਰ ਨੂੰ ਉੱਪਰ ਲਿਆਵਾਂਗੇ, ਕਹਾਣੀ ਕੀ ਹੈ। ਪਰ ਅਜੇ ਤੱਕ ਢੀਂਡਸਾ ਸਾਹਿਬ ਦੇ ਆਪਣੇ ਹੀ ਜ਼ਿਲ੍ਹੇ ਦੇ ਵਿੱਚੋਂ ਕਿਸੇ ਵੀ ਵਰਕਰ ਕਿਸੇ ਵੀ ਲੀਡਰ ਦੁਆਰਾ ਢੀਂਡਸਾ ਸਾਹਿਬ ਦੇ ਹੱਕ ਦੇ ਵਿੱਚ ਇੱਕ ਵੀ ਬਿਆਨ ਦਾ ਨਾਂ ਦਿੱਤਾ ਜਾਣਾ ਇਹ ਦੱਸਦਾ ਕਿ ਜੇ ਭੜਕ ਨੂੰ ਅਕਾਲੀ ਦਲ ਬਾਦਲ ਨੇ ਵੀ ਇਸ ਮੁੱਦੇ ਤੇ ਲਕੀਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਹੋ ਸਕਦਾ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਆਪਣੇ ਹੀ ਦੋ ਜ਼ਿਲ੍ਹਿਆਂ ਦੇ ਵਿੱਚ ਸਿਆਸੀ ਤੌਰ ਤੇ ਬਿਲਕੁਲ ਅਲੱਗ ਥਲੱਗ ਪੈ ਜਾਣ। ਸਹੀ ਗੱਲ। ਤੇ ਸਿਮਰਜੀਤ ਬੈਂਸ ਨੇ ਸਰਕਾਰ ਨੂੰ ਕੀ ਦਿੱਤਾ ਜੀ ਪੰਜਾਬ ਵਾਲਿਆਂ ਨੂੰ? ਦੇਖੋ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਮਸਲਾ ਜਿਹੜਾ ਉਹ ਬੜਾ ਸਿੱਧਾ, ਕਿਸੇ ਨੂੰ ਇਹ ਗੱਲ ਸਮਝਣ ਦੇ ਵਿੱਚ ਥੋੜੀ ਬਹੁਤ ਵੀ ਦਿੱਕਤ ਨਹੀਂ ਆਉਣੀ ਚਾਹੀਦੀ ਕਿ ਸਿਮਰਜੀਤ ਸਿੰਘ ਬੈਂਸ ਹੋਰੀ ਚਾਹੁੰਦੇ ਕੀ ਹੈ। ਆਪਾਂ ਨਹੀਂ ਕਹਿੰਦੇ ਕਿ ਸਿਮਰਜੀਤ ਸਿੰਘ ਬੈਂਸ ਹੋਰੀ ਗਲਤ ਚਾਹੁੰਦੇ ਆ ਜਾਂ ਸਹੀ ਚਾਹੁੰਦੇ ਆ, ਪਰ ਇੰਨੀ ਗੱਲ ਜ਼ਰੂਰ ਹੈ ਕਿ ਉਹ ਪੰਜਾਬ ਦੀ ਰਾਜਨੀਤੀ ਦੇ ਸਿਖਰ ਦੇ ਉੱਤੇ ਜਾ ਕੇ ਚਮਕਣਾ ਚਾਹੁੰਦੇ ਆ। ਇਸੇ ਕਰਕੇ ਕਦੇ ਉਹ ਅਕਾਲੀ ਦਲ 'ਚ ਜਾਂਦੇ ਆ, ਕਦੇ ਅਕਾਲੀ ਦਲ ਤੋਂ ਬਾਗੀ ਹੋ ਕੇ ਆਜ਼ਾਦ ਖੜਦੇ ਆ, ਕਦੇ ਲੋਕ ਇਨਸਾਫ਼ ਪਾਰਟੀ ਬਣਾਉਂਦੇ ਆ, ਕਦੇ ਆਪਣੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੇ ਆ,
ਕਦੇ ਖਹਿਰਾ ਸਾਹਿਬ ਦੁਆਰਾ ਬਣਾਏ ਗਏ ਕੱਠ ਚੋੜ ਦੇ ਵਿੱਚ ਸ਼ਾਮਿਲ ਹੁੰਦੇ ਆ, ਕਦੇ ਫਿਰ ਬਾਹਰ ਆ ਜਾਂਦੇ ਆ, ਕਿਉਂਕਿ ਹਾਂਜੀ ਹੁਣ ਬੈਂਸ ਭਰਾ ਜਿਹੜੇ ਆ ਉਹ ਕਦੇ ਵੀ ਦੋਵੇਂ ਜਣੇ ਐਮ ਐਲ ਏ ਬਣ ਕੇ ਜਾਂ ਇੱਕ ਅੱਧੀ ਚੇਅਰਮੈਨੀ ਲੈ ਕੇ ਸੰਤੁਸ਼ਟ ਹੋਣ ਵਾਲੇ ਨੀ। ਉਹ ਤਾਂ ਕੋਈ ਚੰਗਾ ਜਿਹਾ ਮਹਿਕਮਾ ਹੋਵੇ, ਮਹਿਕਮੇ ਦੇ ਆਧਾਰ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਉਹ ਕਿਵੇਂ ਖੇਡ ਰਹੇ, ਕਿਉਂਕਿ ਉਹ ਟਿਕਟਾਂ ਲੈਣ ਵਾਲੇ ਨੀ, ਟਿਕਟਾਂ ਵੰਡਣ ਵਾਲੇ ਲੀਡਰ ਬਣਨਾ ਚਾਹੁੰਦੇ ਆ ਪੰਜਾਬ 'ਚ। ਉਹਦੇ ਲਈ ਜਿਹੜਾ ਵੀ ਢੰਗ ਤਰੀਕਾ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਤੱਕ ਸਹੀ ਅਰਥਾਂ ਦੇ ਵਿੱਚ ਪਹੁੰਚਣ ਦੇ ਲਈ ਹੋਏਗਾ, ਉਧਰਲੇ ਪਾਸੇ ਨੂੰ ਤੁਰ ਪੈਂਦੇ। ਹੁਣ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਅੱਜ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਨਾਲ ਰਲ ਕੇ ਲੜੀਆਂ, ਉਦੋਂ ਇਹੀ ਸੀ ਕਿ ਭਾਈ ਸਰਕਾਰ ਬਣ ਜੂਗੀ, ਪੰਜ ਛੇ ਬੰਦੇ ਆਪਾਂ ਖੜੇ ਕੀਤੇ ਆ, ਜੇ ਚਾਰ ਵੀ ਜਿੱਤ ਗਿਆ ਤਾਂ ਮੰਤਰੀ ਦੇ ਦੋ ਅਹੁਦੇ ਲੈ ਜਾਵਾਂਗੇ, ਉਹਦੇ ਤੋਂ ਬਾਅਦ ਫਿਰ ਵੇਖਾਂਗੇ ਕਹਾਣੀ ਕਿੱਧਰ ਨੂੰ ਜਾਂਦੀ ਆ, ਪਰ ਪਹਿਲਾਂ ਸੱਤਾ 'ਚ ਆਈ ਆ। ਪਰ ਉਹ ਸਾਰਾ ਕੁਝ ਆਇਆ ਗਿਆ ਹੋ ਗਿਆ, ਲੋਕ ਸਭਾ ਦੀਆਂ ਚੋਣਾਂ ਆਈਆਂ, ਆਮ ਆਦਮੀ ਪਾਰਟੀ ਨੂੰ ਛੱਡਤਾ, ਇੱਧਰਲੇ ਪਾਸੇ ਬਾਕੀਆਂ ਨਾਲ ਜੁੜ ਗਿਆ, ਸੁਖਪਾਲ ਖਹਿਰਾ ਅਤੇ ਬਾਕੀ ਧਿਰਾਂ ਦੇ ਨਾਲ। ਗੱਲ ਉਦੋਂ ਵੀ ਨਾ ਬਣੀ, ਉਦੋਂ ਵੀ ਗੱਲ ਨਾ ਬਣੀ ਤਾਂ ਉਹਨਾਂ ਨੇ ਸਾਰਾ ਕੁਝ ਛੱਡ ਦਿੱਤਾ। ਜ਼ਿਮਨੀ ਚੋਣਾਂ ਦੇ ਵਿੱਚ ਇਕੱਲਿਆਂ ਚੋਣ ਲੜੀ, ਦੋਵੇਂ ਬੰਦੇ ਜ਼ਮਾਨਤਾਂ ਦਾਖੇ ਵਾਲੇ ਵੀ ਅਤੇ ਫਗਵਾੜੇ ਵਾਲੇ ਵੀ ਜ਼ਬਤ ਕਰਾ ਗਏ। ਹੁਣ ਮਰੌਲਾ ਇਹ ਆ ਕਿ ਕਾਂਗਰਸ ਪਾਰਟੀ ਕਹਿੰਦੀ ਕਿ ਸਾਡੀ ਸਰਕਾਰ ਹੈ ਅਤੇ ਅਸੀਂ ਇੱਕ ਵਾਰੀ ਜਿੱਤਣਾ ਫੇਰ ਹੈ। ਠੀਕ ਆ ਭਾਈ, ਦਾਅਵਾ ਕਰਨ ਦਾ ਕੀ ਹੈ, ਕੋਈ ਵੀ ਬੰਦਾ ਕਰ ਸਕਦਾ, ਕੋਈ ਦੂਸਰਾ ਕਿਸੇ ਨੂੰ ਰੋਕ ਥੋੜ੍ਹੀ ਸਕਦਾ ਕਿ ਭਾਈ ਤੂੰ ਇਹ ਦਾਅਵਾ ਕਿਵੇਂ ਕਰਨ ਲੱਗਿਆ ਜਾਂ ਇਹ ਦਾਅਵਾ ਤੂੰ ਕਿਉਂ ਕਰਨ ਲੱਗਿਆ। ਹੁਣ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਕਾਂਗਰਸ ਤੋਂ ਹੋਇਆ ਕੱਖ ਨਹੀਂ, ਤੇ ਜਦੋਂ ਕਾਂਗਰਸ ਪਾਰਟੀ ਤੋਂ ਹੋਇਆ ਕੱਖ ਨਹੀਂ ਤਾਂ ਨੰਬਰ ਸਾਡਾ। ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਤੀਸਰੀ ਧਿਰ ਕਿਹੜੀ ਹੈ। ਦੇਖੋ ਖਹਿਰਾ ਸਾਹਿਬ ਤਾਂ ਚੁੱਪ ਕਰ ਗਿਆ, ਡਾਕਟਰ ਗਾਂਧੀ ਦੀ ਪਾਰਟੀ ਦੇ ਪੱਲੇ ਵੀ ਸਿਆਸੀ ਤੌਰ ਤੇ ਬਹੁਤਾ ਕੁਝ ਨਹੀਂ ਰਿਹਾ। ਕਾਮਰੇਡ ਹੁਣ ਭਾਵੇਂ ਬਸਪਾ ਹੋਵੇ, ਉਹ ਵੀ ਇਸ ਵੇਲੇ ਤੀਸਰੀ ਧਿਰ ਬਣਨ ਦੇ ਸਮਰੱਥ ਨਹੀਂ। ਹੁਣ ਤਾਂ ਇਸੇ ਕਰਕੇ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਤੀਸਰੇ ਮੋਰਚੇ ਦੇ ਤੌਰ ਤੇ ਉਭਰਨ ਦੇ ਯਤਨ ਸ਼ੁਰੂ ਕਰਤੇ। ਹੁਣ ਬੜਾ ਰੌਲਾ ਪਾਇਆ ਸੀ ਸੁਖਦੇਵ ਢੀਂਡਸਾ ਨੇ ਵੀ ਤੇ ਸੇਵਾ ਸਿੰਘ ਸੇਖਵਾ ਨੇ ਵੀ ਕਿ ਭਾਈ ਸਾਡੀ ਤਾਂ ਗੱਲ ਜਿਹੜੀ ਹੈ ਉਹ ਬੈਂਸ ਭਰਾਵਾਂ ਦੇ ਨਾਲ ਵੀ ਹੋ ਗਈ ਹੈ, ਬੈਂਸ ਭਰਾ ਵੀ ਪੁਰਾਣੇ ਅਕਾਲੀ ਆ, ਉਹ 14 ਤਰੀਕ ਦੇ ਸਾਡੇ ਇਕੱਠ ਚਾਹੁਣਗੇ, ਪਰ ਸਿਮਰਜੀਤ ਬੈਂਸ ਨਹੀਂ ਗਏ। ਉਹਨਾਂ ਦੇ ਉੱਥੇ ਨਾ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਜੇ ਸਿਮਰਜੀਤ ਬੈਂਸ ਸੁਖਦੇਵ ਢੀਂਡਸਾ ਵਾਲੇ ਸਮਾਗਮ 'ਚ ਚਲੇ ਜਾਂਦੇ, ਜਿੱਦਾਂ ਬਾਕੀ 14-15 ਲੀਡਰ ਉੱਥੇ ਬੈਠੇ ਆ, 16 ਸਿਮਰਜੀਤ ਬੈਂਸ ਵੀ ਹੋਣੇ ਸੀ, ਪਰ ਉਹਨਾਂ ਨੇ ਉੱਥੇ ਨਾ ਜਾ ਕੇ ਤੇ ਨਾ ਉਹਦੇ ਹੱਕ ਜਾਂ ਨਾ ਉਹਦੇ ਵਿਰੋਧ 'ਚ ਬਿਆਨ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਜੇ ਕਿਤੇ ਭਲਕ ਨੂੰ ਉਹ ਜਿਹੜੇ ਢੀਂਡਸੇ ਹੋਰਾਂ ਵਾਲੇ 14-15 ਲੀਡਰ ਨੇ ਉਹ ਕੋਈ ਸਾਂਝੀ ਪਾਰਟੀ ਕੋਈ ਸਾਂਝਾ ਮੋਰਚਾ ਬਣਾਉਂਦੇ ਆ ਤਾਂ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਪਾਰਟੀ ਉਹਨਾਂ ਦੇ ਨਾਲ ਬਰਾਬਰ ਦੀ ਧਿਰ ਬਣ ਕੇ ਤਾਂ ਕੋਈ ਗੱਲਬਾਤ ਸੋਚ ਸਕਦੀ ਹੈ, ਪਰ ਉਹਨਾਂ ਦੇ ਗੱਠਜੋੜ ਦਾ ਸਿੱਧੇ ਤੌਰ ਦੇ ਉੱਤੇ ਹਿੱਸਾ ਨਹੀਂ ਬਣਨਾ ਚਾਹੁੰਦੀ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਹੋਈ, ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਜਿੱਥੇ 100 acres ਤੋਂ ਵੱਧ ਨੇ ਉਹ ਸ਼ਾਮਲਾਟ ਦੀਆਂ ਜ਼ਮੀਨਾਂ ਆਪਾਂ ਲੈਂਡ ਬੈਂਕ ਦੇ ਵਿੱਚ ਲੈਣੀਆਂ। ਲੈਂਡ ਬੈਂਕ ਤੋਂ ਭਾਵ ਕਿ ਪੰਜਾਬ ਦੇ ਪਿੰਡਾਂ ਦੀਆਂ ਉਹ ਜ਼ਮੀਨਾਂ ਜਿੱਥੇ ਇੰਡਸਟਰੀ ਲੱਗ ਸਕਦੀ ਹੈ, ਜਿੱਥੇ ਉਦਯੋਗ ਲੱਗ ਸਕਦੇ ਆ। ਹੁਣ ਲੈਂਡ ਬੈਂਕ ਲਈ ਜ਼ਮੀਨਾਂ ਲੈਣੀਆਂ 25% ਰੁਪਈਏ ਲੈ ਲੈਣੇ ਆ, ਜਿਹੜੀ ਵੀ ਕੰਪਨੀ ਉੱਥੇ ਕੋਈ ਫੈਕਟਰੀ ਲਾਉਣਾ ਚਾਹੂ ਨਾਲ ਹੀ ਰਜਿਸਟਰੀ ਹੋ ਜਾਣੀ ਹੈ। ਪਰ ਇਹ ਪਹਿਲਾ ਮੌਕਾ ਹੋਣਾ ਜਿੱਥੇ ਕੇਵਲ ਤੇ ਕੇਵਲ 25% ਰੁਪਈਏ ਲੈ ਕੇ ਆਪਣਾ ਕੰਮ ਕਰ ਸ਼ੁਰੂ ਕਰਨ ਦੀ ਆਗਿਆ ਦੇ ਦੇਣੀ ਆ। ਬਾਕੀ ਰੁਪਈਏ ਕਦੋਂ ਮਿਲਦੇ ਆ, ਨਹੀਂ ਮਿਲਦੇ ਆ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਵੱਧਦੀਆਂ ਨੇ। ਹੁਣ ਸਿਮਰਜੀਤ ਬੈਂਸ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ, ਉੱਥੇ ਉਹ ਕਹਿੰਦੇ ਜੀ ਦੇਖੋ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਬੜਾ ਗਲਤ ਕੀਤਾ ਹੈ, ਲੋਕ ਇਨਸਾਫ਼ ਪਾਰਟੀ ਸ਼ਾਮਲਾਟ ਜ਼ਮੀਨਾਂ ਦੇ ਉੱਤੇ ਫੈਕਟਰੀਆਂ ਲਾਉਣ ਦਾ ਠੋਕ ਕੇ ਵਿਰੋਧ ਕਰਦੀ ਹੈ, ਤੇ ਅਸੀਂ ਉਹ ਕਹਿੰਦੇ 4 January ਤੋਂ ਭਮਰਦੀਪ ਪਿੰਡ ਜਿਹੜਾ ਉਸ ਪਿੰਡ ਤੋਂ ਖੰਨੇ ਦੇ ਨੇੜਿਓ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਕਿ ਜਿਹੜੇ ਵੀ ਪਿੰਡ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਯਤਨ ਕੀਤਾ ਨਾ ਕਿ ਸ਼ਾਮਲਾਟ ਦੀਆਂ ਜ਼ਮੀਨਾਂ ਅਸੀਂ ਅਕਵਾਇਰ ਕਰ ਲੈਣੀਆਂ, ਉਹ ਕਹਿੰਦੇ ਲੋਕ ਇਨਸਾਫ਼ ਪਾਰਟੀ ਉੱਥੇ ਪੁੱਜੂ, ਪੰਚਾਇਤ ਦੀ ਮਦਦ ਕਰੂ ਤੇ ਬਿਲਕੁਲ ਵੀ ਉਹ ਜ਼ਮੀਨ ਜਿਹੜੀ ਹੈ ਉਧਰਲੇ ਪਾਸੇ ਨੂੰ ਜਾਣ ਨਹੀਂ ਦਊ। ਸਮਾਗਮ ਜਿਹੜੇ ਕਰਨੇ ਆ ਉਹਦਾ ਟਾਈਟਲ ਰੱਖਿਆ ਸਾਡੀ ਪੰਚਾਇਤ ਸਾਡੀ ਜ਼ਮੀਨ, ਇਹ ਵੀ ਕਹਿ ਦਿੱਤਾ ਕਿ ਪੂਰੇ ਪੰਜਾਬ ਦੇ ਵਿੱਚੋਂ ਜਿੱਥੋਂ ਵੀ ਕਿਤੇ ਲੋਕਾਂ ਨੂੰ ਲੱਗਦਾ ਕਿ ਧੱਕੇ ਨਾਲ ਉਹਨਾਂ ਦੀ ਜ਼ਮੀਨ ਲਈ ਜਾ ਰਹੀ ਹੈ ਤੇ ਲੋਕ ਨਹੀਂ ਦੇਣਾ ਚਾਹੁੰਦੇ, ਬਸ ਤੁਸੀਂ ਕਹਿੰਦੇ ਸਾਡੇ ਨਾਲ ਇੱਕ ਵਾਰੀ ਸੰਪਰਕ ਕਰ ਲਓ ਬਾਕੀ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ। ਸਿਮਰਜੀਤ ਬੈਂਸ ਨੇ ਦਾਅਵਾ ਕੀ ਕੀਤਾ, ਉਹ ਕਹਿੰਦੇ 18,000 ਫੈਕਟਰੀਆਂ ਸਨਅਤੀ ਇਕਾਈਆਂ ਇੰਡਸਟਰੀਅਲ ਯੂਨਿਟ ਪੰਜਾਬ 'ਚ ਬੰਦ ਹੋਇਆ 18,000, ਤੇ ਜਦੋਂ ਉਹ ਕਹਿੰਦੇ 18,000 ਫੈਕਟਰੀਆਂ ਬੰਦ ਹੋ ਗਈਆਂ
ਪੰਜਾਬ ਦੀ ਸਰਕਾਰ ਉਹਨਾਂ ਨੂੰ ਦੁਬਾਰਾ ਸੁਰਜੀਤ ਕਿਉਂ ਨਹੀਂ ਕਰਦੀ? ਪੰਜਾਬ ਦੀ ਸਰਕਾਰ ਉਹਨਾਂ ਥਾਵਾਂ ਦੇ ਉੱਤੇ ਫੈਕਟਰੀਆਂ ਲਾਉਣ ਦਾ ਉਦਮ ਕਿਉਂ ਨਹੀਂ ਕਰਦੀ? ਕਿਉਂਕਿ ਜੇ ਉਹ ਪਹਿਲੇ ਉਦਯੋਗ ਪੁਆਇੰਟ ਜਿਹੜੇ ਹੈ ਉਹਨਾਂ ਦੇ ਅਧੀਨ ਪਈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਬੇਕਾਰ ਹੈ ਤੇ ਹੁਣ ਸ਼ਾਮਲਾਟ ਦੀ ਉਪਜਾਊ ਜ਼ਮੀਨ ਇਸ ਕੰਮ ਦੇ ਲਈ ਵਰਤਣ ਦਾ ਯਤਨ ਕਿਉਂ ਕੀਤਾ ਜਾ ਰਿਹਾ? ਉਹ ਕਹਿੰਦੇ ਬਿਲਕੁਲ ਐਕੁਆਇਰ ਨਹੀਂ ਹੋਣ ਦੇਵਾਂਗੇ। ਚਲੋ, ਉਹ ਕਹਿੰਦੇ ਸੜਕ ਤੇ ਤਾਂ ਆਉਣਾ ਹੀ ਆਉਣਾ, ਮੰਤਰੀਆਂ ਦੇ ਘਰ ਤਾਂ ਘੇਰਨੇ ਘੇਰਨੀਆਂ, ਕੋਰਟ ਦੇ ਵਿੱਚ ਜਾ ਕੇ ਮਾਣਹਾਨੀ ਦੇ ਪਰਚੇ ਵੀ ਕਰਾਵਾਂਗੇ ਕਿ ਪਾਈਆ ਵੇਖੋ ਜਿਹੜੀਆਂ ਜ਼ਮੀਨਾਂ ਤੇ ਪੰਜਾਬ ਦੇ ਲੋਕਾਂ ਦੇ ਅਜੇ ਵੀ ਪਸ਼ੂ ਚਰਦੇ ਆ, ਵਿੱਚ ਵਿਚਾਲੇ ਕਈਆਂ ਨੇ ਉੱਥੇ ਛੋਟੀਆਂ ਛੋਟੀਆਂ ਝੁੱਗੀਆਂ ਝੌਂਪੜੀਆਂ ਬਣਾ ਕੇ ਆਪਣਾ ਸਿਰ ਢੱਕਣ ਵੀ ਕੀਤਾ। ਕਈਆਂ ਲੋਕਾਂ ਦੇ ਕੋਲ ਤਾਂ ਉਹ ਕਹਿੰਦੇ ਕਿ ਕਈ ਦਹਾਕਿਆਂ ਤੋਂ ਜ਼ਮੀਨਾਂ ਗਿਰਦਾਵਰੀਆਂ ਤੱਕ ਉਹਨਾਂ ਦੇ ਨਾਂ ਦੇ ਉੱਤੇ ਚੱਲਦੀਆਂ, ਤੇ ਆਪਾਂ ਕਿਵੇਂ ਉਹ ਫੈਕਟਰੀਆਂ ਦੇ ਲਈ ਜਿਹੜਾ ਉਹ ਹਿਸਾਬ ਕਿਤਾਬ ਜਿਹਾ ਕਰ ਦੇਵਾਂਗੇ। ਹੁਣ ਸਿਮਰਜੀਤ ਬੈਂਸ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਪਿੰਡ ਆ ਸੇਰਾ ਸੇਰੀ ਆਕੜੀ ਪਾਵੜਾ ਤਖਤੂ ਮਾਜਰਾ, ਉੱਥੋਂ ਦੇ ਲੋਕ ਤੇ ਪੰਚਾਇਤਾਂ ਵੀ ਹਾਜ਼ਰ ਸੀ ਜਿਨ੍ਹਾਂ ਦੀ ਜ਼ਮੀਨ ਨੂੰ ਸਭ ਤੋਂ ਪਹਿਲਾਂ ਹੱਥ ਪੈਣ ਦੀ ਆਸ ਹੈ। ਹੋਰ ਤਾਂ ਹੋਰ, ਸੁਖਨੈਬ ਜੀ ਸਿਮਰਜੀਤ ਬੈਂਸ ਨੇ ਦੋਸ਼ ਇੱਥੋਂ ਤੱਕ ਵੀ ਲਾਤਾ, ਉਹ ਕਹਿੰਦੇ ਦੋ ਕੁ ਬੰਦੇ ਅਕਾਲੀਆਂ ਦੇ ਆ, ਦੋ ਕੁ ਬੰਦੇ ਕਾਂਗਰਸੀਆਂ ਦੇ ਆ, ਪੈਸਾ ਧੇਲਾ ਸੁੱਖਣਾ ਉਹਨਾਂ ਕੋਲ ਬਥੇਰਾ, ਤੇ ਉਹ ਪੰਜਾਬ ਦੇ ਵੱਡੇ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਦੇ ਉੱਤੇ ਅੱਖ ਰੱਖੀ ਬੈਠੇ ਆ ਕਿ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਕਾਨੂੰਨ ਦੇ ਨਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਥੋਕ ਵਜਾ ਕੇ ਜਿਹੜਾ ਉਹ ਸਾਰੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਤਾਂ ਬੱਲੇ ਬੱਲੇ ਕਰਾ ਦੇਣੀ ਹੈ ਜੀ। ਬਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ। ਅਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਕੀ ਬੋਲੀ ਹੈ ਜੀ ਬੀਬੀ ਭੱਠਲ? ਦੇਖੋ ਜੀ, ਬਹੁਤ ਹੀ ਸੋਹਣਾ ਬੋਲਿਆ ਜੇ ਆਪਾਂ ਦੂਸਰੇ ਸ਼ਬਦਾਂ 'ਚ ਕਹਿਣਾ ਹੋਵੇ। ਹੁਣ ਜਿੰਨੀ ਦੇਰ ਤਾਂ ਨਵਜੋਤ ਸਿੰਘ ਸਿੱਧੂ ਬੋਲਦੇ ਸੀ ਕੋਈ ਉਹਨਾਂ ਦੇ ਹੱਕ 'ਚ ਨਹੀਂ ਸੀ ਬੋਲਦਾ ਜੀ। ਜਦੋਂ ਦੇ ਨਵਜੋਤ ਸਿੰਘ ਸਿੱਧੂ ਚੁੱਪ ਨੇ, ਬਹੁਤੀ ਕਾਂਗਰਸ ਉਹਨਾਂ ਦੇ ਹੱਕ 'ਚ ਬੋਲਦੀ ਹੈ। ਆਮ ਤੌਰ ਦੇ ਉੱਤੇ ਹੁੰਦਾ ਕਿ ਉਹ ਬੰਦਾ ਤਾਂ ਚੁੱਪ ਜਾ ਬਈ, ਉਹਦੇ ਨਾਲ ਕੀ ਤੋਂ ਨਾ ਛੱਡੋ ਪਰ। ਹੁਣ ਕਿਹਾ ਜਾਂਦਾ ਨਵਜੋਤ ਸਿੰਘ ਸਿੱਧੂ ਜੀ, ਨਵਜੋਤ ਸਿੰਘ ਸਿੱਧੂ ਚੁੱਪ ਆ ਵੀ ਉਹਦੇ ਹੱਕ 'ਚ ਬੋਲੋ। ਰੋਜ਼ ਕੋਈ ਨਾ ਕੋਈ ਬੰਦਾ ਸਾਹਮਣੇ ਆ ਜਾਂਦਾ। ਆਪਾਂ ਬੀਤੇ ਕੱਲ੍ਹ ਜ਼ਿਕਰ ਕੀਤਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਉਹਦੇ ਕਹਿੰਦੇ ਆ ਕਿ ਭਾਈ ਜੇ ਉਪ ਮੁੱਖ ਮੰਤਰੀ ਬਣਾਉਣਾ ਹੈ, ਜੇ ਪੰਜਾਬ ਦੀ ਸਰਕਾਰ ਜਾਂ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਓ, ਇਹਦੇ ਤੋਂ ਵਧੀਆ ਬਦਲ, ਇਹਦੇ ਤੋਂ ਵਧੀਆ ਆਪਸ਼ਨ ਕੋਈ ਨਹੀਂ ਹੋਣੀ। ਪ੍ਰਗਟ ਸਿੰਘ ਨੇ ਵੀ ਹਾਂ ਪੱਖੀ ਹੁੰਗਾਰਾ ਭਰਿਆ ਸੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਸਿੱਧਾ ਹੀ ਕਹਿਤਾ ਸੀ। ਹੁਣ ਪੱਤਰਕਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਕੋਲੇ ਗਏ। ਹੁਣ ਬੀਬੀ ਰਜਿੰਦਰ ਕੌਰ ਭੱਠਲ ਨੂੰ ਪੁੱਛਿਆ ਗਿਆ ਕਿ ਬੀਬੀ ਜੀ, ਤੁਸੀਂ ਸਾਬਕਾ ਮੁੱਖ ਮੰਤਰੀ ਹੋ, ਸਾਬਕਾ ਉਪ ਮੁੱਖ ਮੰਤਰੀ ਹੋ, ਸਾਬਕਾ ਕੈਬਨਿਟ ਮਿਨਿਸਟਰ ਹੋ, ਬਹੁਤ ਸਾਰੇ ਅਹੁਦਿਆਂ ਤੇ ਤੁਸੀਂ ਰਹੇ ਹੋ ਤੇ ਇਸ ਵੇਲੇ ਵੀ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਹੋ, ਤੁਸੀਂ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਨਵਜੋਤ ਸਿੰਘ ਸਿੱਧੂ ਨੂੰ ਆ ਜਿਹੜਾ ਕਦੇ ਉਪ ਮੁੱਖ ਮੰਤਰੀ ਤੇ ਕਦੇ ਕੁਝ ਬਣਾਉਣ ਦੀਆਂ ਗੱਲਾਂ ਚੱਲਦੀਆਂ, ਤੁਹਾਨੂੰ ਕਿਵੇਂ ਲੱਗਦੀਆਂ? ਬੀਬੀ ਭੱਠਲ ਕਹਿੰਦੇ ਜੀ, ਦੇਖੋ ਗੱਲ ਬੜੀ ਸਿੱਧੀ ਹੈ ਕਿ ਸਿੱਧੂ ਇੱਕ ਇਮਾਨਦਾਰ, ਇੱਕ ਚੰਗਾ ਲੀਡਰ ਹੈ। ਹੁਣ ਜਦੋਂ ਇਮਾਨਦਾਰ ਤੇ ਚੰਗਾ ਲੀਡਰ ਹੈ ਤੇ ਦੂਸਰੀ ਗੱਲ ਕੀ ਕਹਿਤੀ? ਦੂਸਰੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਅਗਾਂਹ ਵਾਧੂ ਸੋਚ ਵਾਲਾ ਵੀ ਲੀਡਰ ਹੈ। ਇਹ ਕੌਣ ਕਹਿੰਦਾ? ਇਹ ਬੀਬੀ ਰਜਿੰਦਰ ਕੌਰ ਭੱਠਲ ਕਹਿੰਦੇ ਆ। ਉਹ ਬੀਬੀ ਰਜਿੰਦਰ ਕੌਰ ਭੱਠਲ ਜਿਨ੍ਹਾਂ ਦੇ ਬਾਰੇ ਮੰਨਿਆ ਜਾਂਦਾ ਕਿ ਉਹਨਾਂ ਦੇ ਜਵਾਈ ਨੂੰ ਤਾਂ ਐਤਕੀ ਟਿਕਟ ਨਹੀਂ ਮਿਲੀ, ਬੀਬੀ ਨੂੰ ਟਿਕਟ ਮਿਲੀ, ਪਰ ਬੀਬੀ ਜੀ ਹਰ ਗਏ ਤੇ ਹਰਨ ਦੇ ਬਾਵਜੂਦ ਵੀ ਉਹਨਾਂ ਨੂੰ ਚੰਗੇ ਤਰੀਕੇ ਕਪਤਾਨ ਸਾਹਿਬ ਨੇ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਇਹ ਜਦੋਂ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਬਾਵਜੂਦ ਵੀ ਜੇ ਉਹ ਕੈਪਟਨ ਸਾਹਿਬ ਦੇ ਸਿਆਸੀ ਤੌਰ ਦੇ ਉੱਤੇ ਵਿਰੋਧੀ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਬੋਲਦੇ ਆ ਤਾਂ ਫਿਰ ਤਾਂ ਗੱਲ ਕਿਸੇ ਦੂਸਰੇ ਪਾਸੇ ਜਾਂਦੀ ਪ੍ਰਤੀਤ ਹੋ ਰਹੀ ਹੈ ਨਾ। ਹੋਰ ਦੇਖੋ, ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੀ ਬੜੀ ਇੱਜ਼ਤ ਕਰਦੇ ਆ ਤੇ ਸਿੱਧੂ ਕੈਪਟਨ ਦੀ ਇੱਜ਼ਤ ਕਰਦਾ। ਉਹ ਕਹਿੰਦੇ ਜੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਚੰਗਾ ਨਾ ਸਮਝਦੇ ਹੁੰਦੇ, ਉਹਨਾਂ ਨੇ ਸਿੱਧੂ ਨੂੰ ਕਾਂਗਰਸ ਦੇ ਵਿੱਚ ਥੋੜ੍ਹੀ ਲਿਆਉਣਾ ਸੀ, ਉਹਨਾਂ ਨੇ ਸਿੱਧੂ ਨੂੰ ਕਾਂਗਰਸ 'ਚ ਆਉਣ ਹੀ ਨਹੀਂ ਸੀ ਦੇਣਾ। ਇਸ ਕਰਕੇ ਦੇਖੋ, ਕਹਿੰਦੇ ਦੋਨੇ ਹੀ ਬੰਦੇ ਇੱਕ ਦੂਜੇ ਦੀ ਇੱਜ਼ਤ ਕਰਦੇ ਆ, ਦੋਨਾਂ ਦਾ ਮਾਣ ਤੇ ਸਤਿਕਾਰ ਬਹਾਲ ਹੋਣਾ ਚਾਹੀਦਾ। ਇਹ ਤਾਂ ਕਹਿੰਦੇ ਸਾਡਾ ਟੱਬਰ ਆ, ਟੱਬਰ ਦੇ ਵਿੱਚ ਕਈ ਬੰਦੇ ਗੁੱਸੇ ਹੋ ਜਾਂਦੇ ਆ, ਕਈਆਂ 'ਚ ਗਿਲੇ ਸ਼ਿਕਵੇ ਹੋ ਜਾਂਦੇ ਆ, ਰੁੱਸੇ ਹੁੰਦੇ ਆ, ਤੇ ਇਹ ਰੁੱਸੇ ਮਾੜੇ ਮੋਟੇ ਚੱਲੀ ਜਾਂਦੇ ਆ। ਸਿੱਧੂ ਨੂੰ ਵੀ ਕਹਿੰਦੇ ਚੰਗੀ ਜਗ੍ਹਾ ਦੇ ਉੱਤੇ ਐਡਜਸਟ ਕਰਨਾ ਚਾਹੀਦਾ। ਤੇ ਹੁਣ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਵਰਗੀ ਲੀਡਰ ਵੀ ਨਵਜੋਤ ਸਿੰਘ ਸਿੱਧੂ ਦੇ ਹਾਲ ਦੀ ਘੜੀ ਹੱਕ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਫਿਰ ਇੱਥੋਂ ਆਪਣੇ ਆਪ ਹੀ ਸਮਝ ਲੈਣਾ ਚਾਹੀਦਾ ਕਿ ਕਾਂਗਰਸ ਪਾਰਟੀ ਦੇ ਅੰਦਰ ਸਿਆਸੀ ਤੌਰ ਦੇ ਉੱਤੇ ਕਿੰਨੀ ਵੱਡੀ ਉਥਲ ਪੁਥਲ ਦੀ ਤਿਆਰੀ ਚੱਲ ਰਹੀ ਹੈ ਜੀ। ਤੇ ਸਿਆਸੀ ਉਥਲ ਪੁਥਲ ਤੋਂ ਗਾਹਾਂ ਦੀ ਗੱਲ ਕਰੀਏ ਜੀ, ਕਾਂਗਰਸ ਤੇ ਮਨਜਿੰਦਰ ਸਿੰਘ ਸਰਸਾ ਹੋਰ ਵਰਗੇ
ਜਿਵੇਂ ਟੀਨ ਤੇ ਗੜੇ ਵਰਦੇ ਹੁੰਦੇ। ਦੇਖੋ ਮਨਜਿੰਦਰ ਸਿੰਘ ਸਰਸਾਹੌਰੀ ਜਿਹੜੇ ਨੇ ਉਹਨਾਂ ਦਾ ਤਾਂ ਕੰਮ ਜਿਹੜਾ ਉਹ ਬੜਾ ਕਮਾਲ ਹੈ, ਕਿਉਂਕਿ ਪਤਾ ਉਹਨਾਂ ਨੂੰ ਵੀ ਹੈਗਾ ਕਿ ਹੁਣ ਕੰਮ ਥੋੜ੍ਹਾ ਜਿਹਾ ਖਿੱਚ ਕੇ ਰੱਖਣਾ ਪੈਣਾ, ਕਿਉਂਕਿ ਮਨਜੀਤ ਸਿੰਘ ਜੀ ਕੇ ਤਾਂ ਨਾਲ ਨਹੀਂ ਹੈਗੇ। ਮਨਜੀਤ ਸਿੰਘ ਜੀ ਕੇ ਤਾਂ ਅਕਾਲੀ ਦਲ ਬਾਦਲ ਤੋਂ ਅੱਡ ਹੋ ਗਏ ਆ। ਪਹਿਲਾਂ ਤਾਂ ਇੱਕ ਉੱਥੇ ਦੌੜ ਹੁੰਦੀ ਸੀ ਨਾ ਕਿ ਕਾਂਗਰਸ ਪਾਰਟੀ ਤੋਂ ਅੱਗੇ ਰਹਿਣਾ, ਜਾਂ ਸਰਨਿਆਂ ਦਾ ਵਿਰੋਧ ਕਰਨਾ ਤਾਂ ਅੱਗੇ ਰਹਿਣਾ, ਜਾਂ ਕੋਈ ਵੀ ਕੰਮ ਹੋਵੇ ਭਾਈਚਾਰੇ ਨਾਲ ਸੰਬੰਧਿਤ ਤਾਂ ਉਸੇ ਵੇਲੇ ਠੋਕ ਵਜਾ ਕੇ ਬਿਆਨ ਦੇਣਾ, ਤਾਂ ਜੋ ਲੋਕਾਂ ਨੂੰ ਲੱਗੇ ਕਿ ਆਹ ਬੰਦਾ ਬਈ ਜਿਹੜਾ ਸਭ ਤੋਂ ਅੱਗੇ ਹੋ ਕੇ ਸਾਡੇ ਮਸਲਿਆਂ ਦੀ ਗੱਲ ਕਰਦਾ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਇੱਦਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਜਿੰਨੇ ਜ਼ਿਆਦਾ ਸਰਗਰਮ ਰਹੇ ਆ, ਕੋਈ ਮੁੱਦਾ ਆਉਣਾ ਅਜੇ ਲੋਕਾਂ ਨੇ ਖ਼ਬਰ ਬਣਾ ਸੁਣੀ ਹੋਣੀ ਤੇ ਉਹਦੀ ਪ੍ਰਤੀਕਿਰਿਆ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਮੀਡੀਆ ਨੂੰ ਪਹਿਲਾਂ ਭੇਜ ਦੇਣੀ, ਆਪ ਹੀ ਕਿਸੇ ਵੀ ਮੁੱਦੇ ਦੇ ਉੱਤੇ ਵੀਡੀਓ ਬਣਾ ਕੇ ਜਿਸ ਤਰੀਕੇ ਮੀਡੀਆ ਅਦਾਰਿਆਂ ਦੇ ਨਾਲ ਉਹ ਸਿੱਧਾ ਤਾਲਮੇਲ ਕਰਦੇ ਆ, ਉਹਦੇ ਤੋਂ ਸਾਫ਼ ਨਜ਼ਰ ਆਉਂਦਾ ਕਿ ਉਹ ਇਸ ਵੇਲੇ ਹਰ ਪੱਖ ਤੋਂ ਜਿਹੜਾ ਉਹ ਨੰਬਰ ਇੱਕ ਬਣਨ ਦਾ ਯਤਨ ਕਰਦੇ ਆ। ਕੋਈ ਮਾੜੀ ਗੱਲ ਵੀ ਨਹੀਂ, ਹਰ ਇੱਕ ਬੰਦੇ ਦੇ ਮਨ ਦੇ ਵਿੱਚ ਹੁੰਦੀ ਆ ਕਿ ਭਾਈ ਤਰੱਕੀ ਹੋਵੇ, ਮੈਂ ਪਹਿਲਾਂ ਨਾਲੋਂ ਵੀ ਵਧੀਆ ਕੰਮ ਕਰਾਂ, ਤੇ ਜੇ ਮਨਜਿੰਦਰ ਸਿੰਘ ਸਿਰਸਾ ਵੀ ਕਰਦੇ ਆ ਤਾਂ ਇਤਰਾਜ਼ ਮੈਨੂੰ ਤੁਹਾਨੂੰ ਜਾਂ ਕਿਸੇ ਨੂੰ ਇਸ ਮੁੱਦੇ ਦੇ ਉੱਤੇ ਹੋਣਾ ਹੀ ਨਹੀਂ ਚਾਹੀਦਾ। ਹੁਣ ਪਿਛਲੇ ਦਿਨੀ ਆ ਜਦੋਂ ਨਾਗਰਿਕਤਾ ਸੋਧ ਬਿੱਲ ਦਾ ਮੁੱਦੇ ਤੇ ਰੌਲਾ ਪਿਆ, ਬੀਬੀ ਪ੍ਰਿਯੰਕਾ ਗਾਂਧੀ ਨੇ ਜਿਹੜੇ ਪੀੜਿਤ ਵਿਦਿਆਰਥੀ ਸੀ ਜਿਹੜੇ ਕਹਿੰਦੇ ਸੀ ਕਿ ਪੁਲਿਸ ਨੇ ਸਾਨੂੰ ਰੱਜ ਕੇ ਕੁੱਟਿਆ, ਲੱਤਾਂ ਤੋੜ ਦਿੱਤੀਆਂ ਗਈਆਂ, ਖੂਨ ਜਿਹੜੇ ਸਿਰ ਦੇ ਵਿੱਚੋਂ ਨੱਕ ਦੇ ਵਿੱਚੋਂ ਕੱਢ ਦਿੱਤਾ ਗਿਆ, ਉਹਨਾਂ ਦੇ ਹੱਕ 'ਚ ਬੀਬੀ ਪ੍ਰਿਯੰਕਾ ਗਾਂਧੀ ਬੈਠੇ ਸੀ ਇੰਡੀਆ ਗੇਟ ਤੇ ਜਾ ਕੇ। ਜਦੋਂ 2 ਘੰਟੇ ਉਹ ਬੀਬੀ ਧਰਨੇ ਤੇ ਬੈਠੀ, ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ ਕਿ ਬੀਬੀ ਪ੍ਰਿਯੰਕਾ ਗਾਂਧੀ ਅੱਗੇ ਆ ਗਿਆ, ਬੀਬੀ ਪ੍ਰਿਯੰਕਾ ਗਾਂਧੀ ਅੱਗੇ ਆ ਗਿਆ। ਨਾਲ ਹੀ ਕੈਮਰਾ ਇੱਧਰ ਉੱਧਰ ਘੁੰਮਦਾ ਘੁੰਮਦਾ ਜਗਦੀਸ਼ ਟਾਈਟਲਰ ਤੇ ਪੈ ਗਿਆ ਕਿ ਜਗਦੀਸ਼ ਟਾਈਟਲਰ ਵੀ ਉੱਥੇ ਬੈਠਾ। ਹੁਣ ਜਗਦੀਸ਼ ਟਾਈਟਲਰ ਦੇ ਬਾਰੇ ਪੰਜਾਬੀ ਤੇ ਸਿੱਖ ਭਾਈਚਾਰਾ ਕੀ ਸੋਚਦਾ ਕਿੱਦਾਂ ਦਾ ਨਹੀਂ ਸੋਚਦਾ ਉਹ ਕਿਹਨੂੰ ਨਹੀਂ ਪਤਾ, ਪਰ ਉਹਦੇ ਤੋਂ ਬਾਅਦ ਹੁਣ ਜਦੋਂ ਦੇਖਿਆ ਮਨਜਿੰਦਰ ਸਿੰਘ ਸਿਰਸਾ ਨੇ ਕਿ ਆਹ ਦੇਖੋ ਬੀਬੀ ਪ੍ਰਿਯੰਕਾ ਗਾਂਧੀ ਤੋਂ ਥੋੜ੍ਹੀ ਦੂਰ ਟਾਈਟਲਰ ਵੀ ਬੈਠਾ, ਉਸੇ ਵੇਲੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਦਾ ਬਿਆਨ ਆ ਗਿਆ। ਉਹ ਕਹਿੰਦੇ ਪ੍ਰਿਯੰਕਾ ਗਾਂਧੀ ਦੀ ਰੈਲੀ 'ਚ ਉਹਨਾਂ ਦੇ ਧਰਨੇ ਪ੍ਰਦਰਸ਼ਨ 'ਚ ਟਾਈਟਲਰ ਦੀ ਹਾਜ਼ਰੀ ਇਹ ਗੱਲ ਦੱਸਦੀ ਹੈ ਕਿ 84 ਦਾ ਸਿੱਖ ਕਤਲੇਆਮ ਗਾਂਧੀ ਪਰਿਵਾਰ ਦਾ ਮਾਸਟਰ ਪਲੈਨ ਸੀ। ਪਹਿਲਾਂ ਰਾਜੀਵ ਗਾਂਧੀ ਦੀ ਗੱਲ ਕਰਦੇ ਹੁੰਦੇ ਸੀ, ਹੁਣ ਗਾਂਧੀ ਪਰਿਵਾਰ ਦੇ ਮਾਸਟਰ ਪਲੈਨ ਤੇ ਆ ਗਏ। ਨਾਲ ਦੀ ਨਾਲ ਉਹ ਕਹਿੰਦੇ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਗਾਂਧੀ ਪਰਿਵਾਰ ਹੀ ਕਤਲੇਆਮ ਦਾ ਮੁੱਖ ਸਾਜ਼ਿਸ਼ਘੜ ਹੈ, ਉਹਨਾਂ ਨੇ ਯੋਜਨਾ ਬਣਾਈ, ਉਹਨਾਂ ਨੇ ਅੰਜਾਮ ਦਿੱਤਾ, ਤੇ ਹੁਣ ਟਾਈਟਲਰ ਦੀ ਪ੍ਰਿਯੰਕਾ ਗਾਂਧੀ ਦੀ ਉਸ ਮੌਜੂਦਗੀ ਦੇ ਵਿੱਚ ਹਾਜ਼ਰੀ ਲਵਾਉਣੀ ਇਹ ਸਾਫ਼ ਦੱਸਦੀ ਹੈ ਕਿ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਪਾਸੇ ਨੂੰ, ਸਾਡਾ ਸਟੈਂਡ ਜਿਹੜਾ ਉਹ ਗਲਤ ਨਹੀਂ ਸੀ। ਦੇਖੋ ਹੁਣ ਤਾਂ ਕੋਈ ਮਸਲਾ ਇੱਦਾਂ ਦਾ ਚੱਲੇ, ਇਹ ਨਹੀਂ ਗੱਲ ਹੁੰਦੀ ਕਿ ਭਾਈ ਉਸ ਮਸਲੇ ਦੇ ਉੱਤੇ ਅਸੀਂ ਕੀ ਕਹਿਣਾ, ਉੱਥੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਕਿਹਨੇ ਕਹਿਣਾ, ਕਿਉਂਕਿ ਉੱਧਰੋਂ ਮਨਜੀਤ ਸਿੰਘ ਜੀ ਕੇ ਤਿਆਰ ਹੁੰਦੇ ਆ, ਉੱਧਰੋਂ ਪਰਮਜੀਤ ਸਰਨਾ ਤਿਆਰ ਹੁੰਦੇ ਆ, ਤੇ ਅਕਾਲੀ ਦਲ ਬਾਦਲ ਵੱਲੋਂ ਤਾਂ ਹੁਣ ਸੁੱਖ ਨਾਲ ਮਨਜਿੰਦਰ ਸਿੰਘ ਸਿਰਸਾ ਹੀ ਨੇ ਨਾ, ਤਿਆਰੀ ਤਾਂ ਫਿਰ ਉਹਨਾਂ ਨੂੰ ਖਿੱਚ ਕੇ ਰੱਖਣੀ ਪੈਣੀ ਹੈ। ਸੋ ਦੇਖਦੇ ਆ ਕਿਆ ਹੁਣ ਕਾਂਗਰਸ ਪਾਰਟੀ ਦੇ ਉੱਤੇ ਟਾਈਟਲਰ ਨੂੰ ਲੈ ਕੇ ਜਦੋਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਨੇ ਆਪਣੀ ਸਿਆਸੀ ਤੌਰ ਦੇ ਉੱਤੇ ਧਾਰਮਿਕ ਤੌਰ ਤੇ ਰਾਈਫਲ ਤਾਣ ਲਈ ਹੈ, ਤਾਂ ਜਵਾਬੀ ਫਾਇਰ ਮੂਹਰਿਓਂ ਆਉਂਦਾ ਕਿੱਦਾਂ ਦਾ ਜੀ। ਵਟਸਐਪ ਇੱਕ ਬ੍ਰੇਕ ਲਈਏ ਜੀ ਆਪਾਂ, ਤੇ ਉਸ ਤੋਂ ਬਾਅਦ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਹਾਜ਼ਰਾਂ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ, ਅਤੇ ਗੱਲਬਾਤ ਆਪਾਂ ਪਰਮਵੀਰ ਸਿੰਘ ਬਾਠ ਸਾਹਿਬ ਨਾਲ ਕਰ ਰਹੇ ਹਾਂ। ਬਾਠ ਸਾਹਿਬ, ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਕੋਈ ਫਰਕ ਪਿਆ ਜੀ? ਦੇਖੋ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਫਰਕ ਪਿਆ, ਕਿਉਂਕਿ ਹੁਣ ਤੱਕ 1500 ਤੋਂ ਉੱਪਰ ਇੱਕ ਦਿਨ ਦੇ ਵਿੱਚ ਸੰਗਤ ਕਦੇ ਨਹੀਂ ਸੀ ਗਈ, ਪਰ ਜਿਹੜਾ ਲੰਘਿਆ ਐਤਵਾਰ ਆ ਜਾਣੀ ਕਿ ਬੀਤੇ ਪਰਸੋਂ ਜੀ, ਸੰਗਤ ਦੀ ਗਿਣਤੀ ਜਿਹੜੀ ਹੈ ਉਹ 2000 ਤੋਂ ਟੱਪ ਗਈ ਐਤਵਾਰ ਨੂੰ। ਹੁਣ ਜਦੋਂ ਇੱਕ ਦਿਨ ਦੇ ਵਿੱਚ ਸੰਗਤ ਦੀ ਗਿਣਤੀ 2000 ਹੋ ਗਈ ਤਾਂ ਇਹਦਾ ਮਤਲਬ ਹੈ ਕਿ ਸੰਗਤ ਦੇ ਵਿੱਚ ਹੌਲੀ ਹੌਲੀ ਰੁਝਾਨ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਭਾਈ ਹੁਣ ਆਪਾਂ ਚੱਲੀਏ ਜੀ। ਉਹਦੇ ਨਾਲ ਨਾਲ ਜਿਹੜਾ ਵਰਕਿੰਗ ਡੇ ਹੈ ਉਹਦੇ ਵਿੱਚ ਵੀ 600 ਤੋਂ ਲੈ ਕੇ 900 ਤੱਕ ਸ਼ਰਧਾਲੂ ਜਿਹੜੇ ਆ ਉਹ ਹਰ ਰੋਜ਼ ਆਰਾਮ ਨਾਲ ਜਾਂਦੇ ਆ। ਹੁਣ ਠੰਡ ਬੜੀ ਆ ਜੀ,
ਧੁੰਦ ਬੜੀ ਆ, ਮੌਸਮ ਖਰਾਬ ਆ, ਛੁੱਟੀਆਂ ਵੀ ਨਹੀਂ ਹੈਗੀਆਂ। ਇਹਦੇ ਬਾਵਜੂਦ ਵੀ ਜੇ ਹਰ ਰੋਜ਼ 600-700 ਤੱਕ ਸ਼ਰਧਾਲੂ ਜਾਂਦੇ ਆ ਤਾਂ ਇਹਦਾ ਮਤਲਬ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜੇ ਖੁੱਲਿਆ ਤਾਂ ਉਹਦੇ ਤੋਂ ਬਾਅਦ ਕੋਈ ਐਂ ਨਹੀਂ ਕਹਿ ਸਕਦਾ ਕਿ ਭਾਈ ਸੰਗਤ ਦਾ ਰੁਝਾਨ ਜਿਹੜਾ ਉਹ ਘੱਟ ਹੈ। ਹਾਲਾਂਕਿ ਸੰਗਤ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਸੀ, ਪਰ ਉਹਦੇ ਪਿੱਛੇ ਆਪਾਂ ਸਾਰੇ ਜਾਣਦੇ ਹਾਂ ਕਿ ਨੌਜਵਾਨ ਤਬਕਾ ਉੱਧਰਲੇ ਪਾਸੇ ਘੱਟ ਧਿਆਨ ਦੇ ਰਿਹਾ, ਕਿਉਂਕਿ ਉਹਨਾਂ ਦੇ ਮਨਾਂ 'ਚ ਅਜੇ ਵੀ ਹੈਗਾ ਕੋਈ ਪੜ੍ਹਨ ਲਈ ਬਾਹਰ ਜਾਣਾ ਚਾਹੁੰਦਾ, ਕੋਈ ਵਰਕ ਪਰਮਿਟ 'ਤੇ ਜਾਣਾ ਚਾਹੁੰਦਾ, ਕੋਈ ਕਿਸੇ ਹੋਰ ਢੰਗ ਤਰੀਕੇ 'ਤੇ, ਉਹਨਾਂ ਨੂੰ ਅਜੇ ਵੀ ਇਹ ਲੱਗੀ ਜਾਂਦਾ ਕਿ ਜੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਚਲੇ ਗਏ, ਕਿਉਂਕਿ ਪਾਸਪੋਰਟ ਤਾਂ ਨਾਲ ਲੈ ਕੇ ਜਾਣਾ ਪੈਂਦਾ, ਪਾਸਪੋਰਟ 'ਤੇ ਮੋਹਰ ਕੋਈ ਲੱਗਦੀ ਹੈ ਜਾਂ ਨਹੀਂ। ਅਤੇ ਤੌਖਲਾ ਇਹੀ ਹੈ ਜੀ, ਜੇ ਉੱਧਰਲੇ ਪਾਸੇ ਕਰੀ ਜਾਏ ਤਾਂ ਵਧੀਆ, ਮੁਲਕਾਂ ਨੇ ਵੀਜ਼ਾ ਵੂਜ਼ਾ ਨਹੀਂ ਦੇਣਾ, ਫਿਰ ਕੰਮ ਔਖਾ ਹੋ ਜੂ। ਹਾਲਾਂਕਿ ਇਹ ਧਾਰਨਾ ਜਿਹੜੀ ਹੈ ਜੀ ਕਿੰਨੀ ਜ਼ਿਆਦਾ ਨਿਰਮੂਲ ਹੈ, ਇਹ ਧਾਰਨਾ ਕਿੰਨੀ ਜ਼ਿਆਦਾ ਅਜੀਬੋ ਗਰੀਬ ਹੈ, ਪਰ ਇਹਦੇ ਬਾਵਜੂਦ ਵੀ ਬਹੁਤੇ ਲੋਕ ਜਿਹੜੇ ਹੈ ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਹੁਣ ਦੋ ਤਿੰਨ ਚੀਜ਼ਾਂ ਹੋਰ ਹੋਈਆਂ ਨੇ, ਉਹਦੇ ਵਿੱਚ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਸੀ ਕਿ ਅਸੀਂ ਹਰ ਰੋਜ਼ ਆਪਣਾ ਕੀਰਤਨ ਕਰਨ ਦੇ ਲਈ ਸਿੰਘਾਂ ਦਾ ਜਥਾ ਉੱਥੇ ਭੇਜਿਆ ਕਰਾਂਗੇ। ਉਹ ਜਥਾ ਜਾਣਾ ਸ਼ੁਰੂ ਹੋ ਗਿਆ, ਜਥਾ ਸਵੇਰੇ ਜਦੋਂ ਲਾਂਘਾ ਖੁੱਲ੍ਹਦਾ ਸਭ ਤੋਂ ਪਹਿਲਾਂ ਜਾਂਦਾ, ਅਤੇ ਜਦੋਂ ਲਾਂਘਾ ਸ਼ਾਮ ਨੂੰ ਬੰਦ ਹੁੰਦਾ ਸਾਰਾ ਦਿਨ ਕੀਰਤਨ ਕਰਕੇ ਉਦੋਂ ਫਿਰ ਵਾਪਸ ਜਿਹੜਾ ਉਹ ਭਾਰਤ ਦੀ ਧਰਤੀ ਦੇ ਉੱਤੇ ਆ ਜਾਂਦਾ। ਇੱਥੋਂ ਤੱਕ ਕਿ ਹੁਣ ਪਾਕਿਸਤਾਨ ਦੇ ਸਿੰਘ ਇਲਾਕੇ ਤੋਂ ਵੀ ਬਹੁਤ ਸਾਰੀ ਸੰਗਤ ਆ ਰਹੀ ਹੈ, ਉੱਥੇ ਤਾਂ ਅੱਖਾਂ ਤੋਂ ਵਿਹਾਉਣੇ ਇੱਕ ਖੇਮਚੰਦ ਸੂਰਦਾਸ ਆ, ਉਹਨਾਂ ਨੇ ਵੀ ਗੁਰਬਾਣੀ ਦੇ ਸ਼ਬਦ ਬੋਲ ਕੇ ਆਪਣੀ ਬੜੀ ਰਸ ਭਿੰਨੀ ਆਵਾਜ਼ ਦੇ ਵਿੱਚ ਸੰਗਤ ਨੂੰ ਜਿਹੜਾ ਉਹ ਨਿਹਾਲ ਕੀਤਾ ਜਾ ਰਿਹਾ, ਤੇ ਉਧਰਲੇ ਪਾਸੇ ਵੀ ਸੰਗਤ ਦਾ ਬਹੁਤ ਧਿਆਨ ਹੈ। ਹੋਰ ਤਾਂ ਹੋਰ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਤੋਂ ਵੀ ਆਉਣ ਵਾਲੀ ਸੰਗਤ ਜਿਹੜੀ ਹੈ ਉਹਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਵਾਧਾ ਹੋਇਆ, ਤਕਰੀਬਨ ਪੰਜਾਬ ਦੇ ਬਰਾਬਰ ਹੀ ਸੰਗਤ ਜਿਹੜੀ ਹੈ ਉਹ ਕਰਤਾਰਪੁਰ ਸਾਹਿਬ ਜਾਣ ਦੇ ਲਈ ਉਹ ਹਰਿਆਣੇ ਸੂਬੇ ਤੋਂ ਆ ਰਹੀ ਹੈ। ਇਹਦੇ ਨਾਲ ਨਾਲ ਹੁਣ ਉੱਥੇ ਪਾਕਿਸਤਾਨ ਦੀ ਸਰਕਾਰ ਨੇ ਤੇ ਗੁਰਦੁਆਰਾ ਕਮੇਟੀ ਨੇ ਪ੍ਰਸ਼ਾਦੇ ਪਕਾਉਣ ਦੇ ਲਈ ਦੋ ਮਸ਼ੀਨਾਂ ਵੀ ਲਾਤੀਆਂ, ਆਟਾ ਗੁੰਨ ਵਾਲੀ ਮਸ਼ੀਨ ਵੀ ਲਾਤੀ ਹੈ, ਪਾਕਿਸਤਾਨੀ ਔਰਤਾਂ ਪੇੜੇ ਕਰਨ ਦੀ ਸੇਵਾ ਜਿਹੜੀ ਉਹ ਕੀਤੀਆਂ ਜਾ ਕਰ ਰਹੀਆਂ, ਤੇ ਜਦੋਂ ਭਾਰਤ ਤੋਂ ਵੀ ਜਿਹੜੀਆਂ ਔਰਤਾਂ ਇੱਥੋਂ ਸ਼ਰਧਾਲੂਆਂ ਦੇ ਰੂਪ 'ਚ ਜਾ ਰਹੀਆਂ ਉਹ ਵੀ ਹੁਣ ਬਰਾਬਰ ਜਿਹੜਾ ਉਹ ਸਾਥ ਦਿੰਦੀਆਂ। ਸ਼ੁਰੂਆਤੀ ਦੌਰ ਦੇ ਵਿੱਚ ਇੱਕ ਵਾਰੀ ਇੱਦਾਂ ਦਾ ਸਮਾਂ ਆ ਗਿਆ ਸੀ ਕਿਉਂਕਿ ਪਾਕਿਸਤਾਨ ਦੇ ਵਿੱਚ ਮਹਿੰਗਾਈ ਬਹੁਤ ਹੋ ਗਈ ਸੀ, ਖਾਣ ਪੀਣ ਵਾਲੀਆਂ ਵਸਤਾਂ ਦੇ ਭਾਅ ਬੜੇ ਵੱਧ ਗਿਆ ਸੀ, ਤੇ ਉਦੋਂ ਲੱਗਦਾ ਸੀ ਕਿ ਉੱਧਰ ਪ੍ਰਸ਼ਾਦੇ ਪਾਣੀ ਲਈ ਘਾਟ ਆ ਰਹੀ ਹੈ, ਪਰ ਹੁਣ ਬਿਲਕੁਲ ਸਾਰਾ ਕੁਝ ਜਿਹੜਾ ਉਹ ਠੀਕ ਠਾਕ ਤਰੀਕੇ ਦੇ ਨਾਲ ਅੱਗੇ ਨੂੰ ਜਾ ਰਿਹਾ। ਪਰ ਜਿਹੜੀ ਇੱਕ ਉਮੀਦ ਕੀਤੀ ਜਾ ਰਹੀ ਸੀ ਕਿ ਬੜੀ ਜਲਦੀ ਦੋਵਾਂ ਦੇਸ਼ਾਂ ਦੇ ਪ੍ਰਤੀਨਿਧ ਜਿਹੜੇ ਆ ਸਿਰ ਜੋੜ ਕੇ ਬੈਠਣਗੇ ਤੇ ਬਿਨਾਂ ਪਾਸਪੋਰਟ ਤੋਂ ਸ਼ਰਧਾਲੂਆਂ ਦੇ ਉਧਰਲੇ ਪਾਸੇ ਜਾਣ ਦਾ ਕੋਈ ਹੋਰ ਢੰਗ ਤਰੀਕਾ ਨਿਰਧਾਰਿਤ ਕਰਨਗੇ, ਅਜੇ ਉਸ ਮੁੱਦੇ ਦੇ ਉੱਤੇ ਸਫਲਤਾ ਪ੍ਰਾਪਤ ਹੁੰਦੀ ਨਜ਼ਰ ਨਹੀਂ ਆ ਰਹੀ। ਜਿਹੜੀ ਬਾਜਵਾ ਹੋਰਾਂ ਦੀ ਚਿੱਠੀ ਹੈ ਬਾਜਵਾ ਦੀ, ਇਹਦੇ ਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ ਜੀ? ਕੰਮ ਸ਼ੁਰੂ ਹੋ ਗਿਆ, ਬਾਕੀ ਨਿਰਭਰ ਕਰਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਐਸ ਜੀ ਪੀ ਸੀ ਵਾਲੇ ਕਿੰਨੀ ਕੁ ਮੰਨਦੇ ਆ, ਕਿਉਂਕਿ ਅਗਲਿਆਂ ਨੇ ਤਾਂ ਜਥੇਦਾਰ ਨਿਯੁਕਤ ਕੀਤਾ ਹੁੰਦਾ ਨਾ ਜੀ। ਹੁਣ ਆਪਾਂ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਕਿ ਪੰਜਾਬ ਦਾ ਇੱਕ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਥੋੜਾ ਸਮਾਂ ਪਹਿਲਾਂ ਵਿਸ਼ੇਸ਼, ਉਸ ਸੈਸ਼ਨ ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਨੇ ਇੱਕ ਬੇਨਤੀ ਕੀਤੀ ਸੀ ਹੱਥ ਜੋੜ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ। ਇਹ ਔਨ ਰਿਕਾਰਡ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਦੋਂ ਬੜੀ ਹਲੀਮੀ ਦੇ ਨਾਲ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਕਿ ਉਹਨਾਂ ਨੇ ਉਸ ਬੇਨਤੀ ਦੇ ਵਿੱਚ ਕਿਹਾ ਸੀ ਕਿ ਜਥੇਦਾਰ ਸਾਹਿਬ ਸੰਗਤ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਮੁੱਦੇ ਤੇ ਕਾਰਵਾਈ ਜ਼ਰੂਰ ਕਰਿਓ, ਤੇ ਤੁਸੀਂ ਕਾਰਵਾਈ ਕਰਿਓ। ਕਿ ਉਹਨਾਂ ਨੇ ਕਿਹਾ ਸੀ ਕਿ ਦੇਖੋ ਬੜੇ ਲੰਬੇ ਸਮੇਂ ਤੋਂ ਮਹਿਸੂਸ ਕੀਤਾ ਜਾ ਰਿਹਾ ਕਿ ਇਹ ਜਿਹੜਾ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ, ਗੁਰਬਾਣੀ ਜਿਹੜੀ ਹੈ ਉਹ ਸਾਰੀ ਦੁਨੀਆਂ ਤੱਕ ਪਹੁੰਚੇ, ਇਸ ਕਰਕੇ ਕੋਈ ਵੀ ਟੀਵੀ ਚੈਨਲ ਹੈ, ਕੋਈ ਵੀ ਮੀਡੀਆ ਅਦਾਰਾ ਉਹਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਜਿਹੜੀ ਹੈ ਉਹਨੂੰ ਟੈਲੀਕਾਸਟ ਕਰਨ ਦਾ ਅਧਿਕਾਰ ਦਿੱਤਾ ਜਾਵੇ ਜੀ, ਤਾਂ ਜੋ ਗੁਰਬਾਣੀ ਦੇ ਇਲਾਹੀ ਕੀਰਤਨ ਨੂੰ ਘਰ ਘਰ ਤੱਕ ਪਹੁੰਚਦਾ ਕੀਤਾ ਜਾ ਸਕੇ। ਤੇ ਨਾਲ ਹੀ ਉਹਨਾਂ ਨੇ ਵੀ ਲਿਖਿਆ ਸੀ, ਉਹ ਕਹਿੰਦੇ ਜੀ ਦੇਖੋ ਇਸ ਵੇਲੇ ਸ਼੍ਰੋਮਣੀ ਕਮੇਟੀ ਛੋਟੀ ਜਿਹੀ ਇੱਕ ਰਕਮ ਦੇ ਲਈ
ਇੱਕੋ ਚੈਨਲ ਨੂੰ ਕੁਝ ਹੱਕ ਦੇ ਰਹੀ ਹੈ ਕਿ ਤੁਸੀਂ ਹੀ ਉਹ ਗੁਰਬਾਣੀ ਦਾ ਪ੍ਰਸਾਰਣ ਕਰ ਸਕਦੇ ਹੋ। ਇਸ ਕਰਕੇ ਜਥੇਦਾਰ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਨਿਮਰਤਾ ਸਹਿਤ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕਰੋ ਇਸ ਤਰੀਕੇ 4 ਰੁਪਈਆਂ ਦੀ ਖਾਤਰ ਆਪਾਂ ਕੀਰਤਨ ਦਾ ਜਿਹੜਾ ਉਹ ਪ੍ਰਸਾਰਣ ਆ ਬਾਕੀ ਪਾਸਿਆਂ ਤੋਂ ਰੋਕ ਨਹੀਂ ਸਕਦੇ ਜੀ। ਉਦੋਂ ਵੀ ਬਹੁਤ ਟਾਈਮ ਲੱਗਾ ਸੀ ਕਿ ਠੀਕ ਹੈ ਭਾਈ ਅਗਲਾ ਬੰਦਾ ਕੈਬਨਿਟ ਮੰਤਰੀ ਆ ਅਗਲੇ ਬੰਦੇ ਨੂੰ ਜੋ ਲੱਗਾ ਕਰ ਦਿੱਤਾ ਜਥੇਦਾਰ ਸਾਹਿਬ ਨਾ ਕਹਿਣ ਲੱਗਿਆ ਤੇ ਨਾ ਅਗਲੇ ਨੇ ਸੁਣਨੀ ਹੈ। ਪਰ ਹੁਣ ਪਤਾ ਲੱਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਜਾਂ ਇਸ ਚਿੱਠੀ ਨੂੰ ਅਗਲੇ ਪਾਸੇ ਨੂੰ ਤੋਰਨ ਦੇ ਲਈ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਆ ਕਿ ਭਾਈ ਆਹ ਦੇਖੋ ਮੇਰੇ ਤੱਕ ਇੱਕ ਮੁੱਦਾ ਆਇਆ ਜੇ ਇਹ ਮੁੱਦਾ ਸੱਚੀ ਹੋ ਇੱਦਾਂ ਆ ਤਾਂ ਤੁਸੀਂ ਫਿਰ ਸੰਗਤ ਦੀ ਭਾਵਨਾ ਦੇ ਮੁਤਾਬਕ ਅਗਲੀ ਕਾਰਵਾਈ ਜਿਹੜੀ ਹੈ ਉਹ ਕਰ ਲਓ। ਚਲੋ ਹੁਣ ਉਸ ਚਿੱਠੀ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤਾਂ ਕਹਿ ਦਿੱਤਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਇਹ ਹੁਕਮ ਮੰਨੇਗੀ? ਕਾਰਵਾਈ ਕੀ ਕਰਨੀ ਹੈ? ਜਾਂ ਤਾਂ ਉਹ ਕਹਿਣ ਕਿ ਭਾਈ ਕੋਈ ਵੀ ਆ ਕੇ ਆਪਣਾ ਪ੍ਰਸਾਰਣ ਕਰ ਲਓ, ਜਾਂ ਇਹ ਕਹਿ ਸਕਦੇ ਆ ਕਿ ਭਾਈ ਸਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਸਮਝੌਤਾ ਹੋਇਆ ਤੇ ਸਮਝੌਤਾ ਅਸੀਂ ਅੱਧ ਵਿਚਾਲੇ ਤੋੜ ਨਹੀਂ ਸਕਦੇ। ਅਜੇ ਕਈ ਕੁਝ ਆ ਪਰ ਫਿਰ ਵੀ ਉਹ ਨਜ਼ਰਾਂ ਟਿੱਕੀਆਂ ਰਹਿਣਗੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਨ੍ਹਾਂ ਨੇ ਹਰ ਮੁੱਦੇ ਦੇ ਉੱਤੇ ਤਕਰੀਬਨ ਹੁਣ ਸਪਸ਼ਟ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਦੀ ਗੱਲ ਨੂੰ ਮੰਨਣ ਦੇ ਲਈ SCPC ਤਿਆਰ ਹੋਏਗੀ ਕਿ ਨਹੀਂ ਹੋਏਗੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਜੀ। ਤੇ ਬੜ ਸਾਹਿਬ ਲੱਗਦੇ ਹੱਥ ਆ ਵੀ ਦੱਸਿਓ ਕਿ ਆਹ ਮਸਲਾ ਕੀ ਹੈ। ਕੇਂਦਰ ਨੇ ਜਾਰੀ ਕੀਤੀ ਹੈ ਜਿਹੜੀ ਹੁਣ ਪੰਜਾਬ ਸਰਕਾਰ ਨੂੰ ਟੈਕਸ ਦੀ ਹਿੱਸੇਦਾਰੀ 2228 ਕਰੋੜ ਹੈ, ਉਹੀ ਹੈ ਜਾਂ ਕੁਛ ਹੋਰ ਵੀ ਹੈ? ਨਹੀਂ ਬਿਲਕੁਲ ਜੀ, 2228 ਕਰੋੜ ਇੱਥੇ ਤਾਂ ਬੱਲੇ ਬੱਲੇ ਹੋ ਗਈ ਆ। ਬੜੇ ਪਰਿਵਾਰ ਨੇ, ਬੜੇ ਘਰ ਨੇ, ਉਹਨਾਂ ਨੂੰ ਵੀ ਲੱਗਦਾ ਕਿ ਭਾਈ ਜਿਹੜੀ ਸਾਡੀ ਪਿਲਸਣ ਰੁਕੀ ਹੋ ਸੀ ਜੀ, ਆ ਜਿਹੜੀ ਸਾਡੀ ਤਨਖਾਹ ਰੁਕੀ ਹੋ ਸੀ, ਉਹ ਸਾਰਾ ਕੁਝ ਸਾਨੂੰ ਆ ਜਾਣਾ। ਕਿਉਂਕਿ ਨਾਲ ਲੱਗਦਾ ਹੀ ਪੰਜਾਬ ਦੀ ਸਰਕਾਰ ਨੇ ਕੁਝ ਵਿਭਾਗਾਂ ਦਾ ਜਿਹੜਾ ਤਨਖਾਹਾਂ ਦਾ ਕੰਮ ਰੁਕਿਆ ਸੀ, ਉਧਰਲੇ ਪਾਸੇ ਵੀ ਐਲਾਨ ਕਰਤਾ ਕਿ ਭਾਈ ਤੁਹਾਡੀ ਤਨਖਾਹ ਆਉਣ ਲੱਗੀ ਹੈ। ਦੇਖੋ ਇਹਨੂੰ ਏਦਾਂ ਨਾ ਸੋਚਿਆ ਜਾਵੇ ਕਿ ਕੇਂਦਰ ਸਰਕਾਰ ਨੇ ਪੰਜਾਬ ਸੂਬੇ ਦੇ GST ਦੇ ਹਿੱਸੇ ਦੇ ਪੈਸੇ ਭੇਜੇ ਆ। ਦੇਖੋ ਕਿੱਡੀ ਦੂਰ ਤੱਕ ਗੱਲ ਚੱਲਦੀ ਹੈ, ਦਿੱਲੀਓਂ ਫੈਸਲਾ ਆਉਂਦਾ ਤੇ ਹੇਠਲੇ ਪਾਸੇ ਕਿਸੇ ਘਰ ਦੇ ਛੋਟੇ ਜਿਹੇ ਬੱਚੇ ਨੂੰ ਆਪਦੀ ਪੈਂਟ ਖਰੀ ਹੋ ਗਈ ਲੱਗਦੀ ਹੈ, ਕਿਸੇ ਨੂੰ ਆਪਦੀ ਕੋਟੀ ਖਰੀ ਹੋ ਗਈ ਲੱਗਦੀ ਹੈ, ਕਿਉਂਕਿ ਅਗਲਾ ਭਾਪੇ ਨੂੰ ਕਹਿੰਦਾ ਭਾਪਾ ਫਿਰ ਕੋਟੀ ਲੈ ਕੇ ਦੇ ਦੇ ਐਤਕੀ, ਫਿਰ ਬਹੁਤਾ ਕੰਮ ਖਰਾਬ ਆ, ਠੰਡ ਦੇਖ ਲਾ ਕਿੰਨੀ ਹੋਈ ਜਾਂਦੀ ਹੈ, ਤੇ ਅਗਲਾ ਕਹਿੰਦਾ ਪੁੱਤ ਲੈ ਕੇ ਤਾਂ ਤੈਨੂੰ ਦਊਂਗਾ, ਤੁਹਾਡੇ ਲਈ ਜਾਨਾ ਮਰਦਾ ਖਪਦਾ, ਪਰ ਸਰਕਾਰ ਨੇ ਅਜੇ ਤੱਕ ਤਨਖਾਹ ਹੀ ਨਹੀਂ ਦਿੱਤੀ। ਉਹ ਕਹਿੰਦੇ ਤਨਖਾਹ ਕਦੋਂ ਆਉਣੀ ਹੈ? ਉਹ ਕਹਿੰਦੇ ਜਦੋਂ ਕੇਂਦਰ ਨੇ ਪੈਸੇ ਭੇਜੇ। ਕੇਂਦਰ ਨੇ ਪੈਸੇ ਕਦੋਂ ਭੇਜਣੇ ਆ? ਉਹ ਕਹਿੰਦੇ ਜੀ ਉਹ ਵਿੱਤ ਮੰਤਰੀ ਹੈ ਬੀਬੀ ਨਿਰਮਲਾ ਸੀਤਾਰਮਨ, ਜਿੱਦਣ ਉਹਨਾਂ ਦੀ ਵੇਰ ਹੋ ਗਈ ਤੇ ਹੁਣ ਭਾਵੇਂ ਥੋੜੀ ਹੋਈ ਹੈ ਪਰ ਆਖਿਰਕਾਰ ਭਾਰਤ ਦੀ ਵਿੱਤ ਮੰਤਰੀ ਬੀਬੀ ਨਿਰਮਲਾ ਸੀਤਾਰਮਨ ਨੇ GST ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਦਾ 2228 ਕਰੋੜ ਰੁਪਈਆ ਪੰਜਾਬ ਨੂੰ ਜਾਰੀ ਕਰਤਾ। ਹਾਲਾਂਕਿ ਇਹ ਪੈਸੇ ਥੋੜੇ ਨੇ, ਇਹ ਉਹਨੇ ਨਹੀਂ ਜਿੰਨੇ ਪੰਜਾਬ ਦੀ ਸਰਕਾਰ ਨੇ ਗਣਾਏ ਸੀ ਕਿ ਸਾਡੇ GST ਦੇ ਵਿੱਚੋਂ ਬਣਦੇ ਆ, ਪਰ ਫਿਰ ਵੀ ਜੇ ਅਗਲੇ 2228 ਵੀ 4 ਦਿਨ ਹੋਰ ਨਾ ਟ੍ਰਾਂਸਫਰ ਕਰਦੇ ਤਾਂ ਫਿਰ ਕੀ ਕਰ ਲੈਣਾ? ਹੁਣ ਇਸ 2228 ਕਰੋੜ ਰੁਪਈਏ ਦਾ ਘੱਟੋ ਘੱਟ ਆਹ ਜਿਹੜੀਆਂ ਪਿਛਲੇ 1-2 ਮਹੀਨਿਆਂ ਦੀਆਂ ਤਨਖਾਹਾਂ ਪੈਂਡਿੰਗ ਪਈਆਂ ਸੀ, ਉਹ ਤਨਖਾਹਾਂ ਜਿਹੜੀਆਂ ਨੇ ਬੜੇ ਆਰਾਮ ਦੇ ਨਾਲ ਜਿਹੜੀਆਂ ਉਹ ਪੰਜਾਬ ਸਰਕਾਰ ਹੁਣ ਦੇ ਦੇ, ਤੇ ਜਦੋਂ ਅਗਲੇ ਤਨਖਾਹਾਂ ਦੇ ਦੇਣਗੇ ਤਾਂ ਫਿਰ ਕਹਾਣੀ ਜਿਹੜੀ ਹੈ ਉਹ ਦੂਜੇ ਪਾਸੇ ਨੀ ਚਲੇ ਜਾਓ। ਦੇਖੋ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਿਦੇਸ਼ ਦੌਰੇ ਤੇ ਗਏ ਸੀ, ਸੁਖਨੈਬ ਜੀ, ਉਦੋਂ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਸਾਡਾ 4100 ਕਰੋੜ ਰੁਪਈਆ ਕੇਂਦਰ ਸਰਕਾਰ ਦੇ ਵੱਲ ਬਣਦਾ GST ਦਾ, ਸਾਨੂੰ ਕੇਂਦਰ ਦੀ ਸਰਕਾਰ ਦੇਵੇ। ਮੁੜ ਕੇ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਕਿਹਾ ਸੀ ਨਹੀਂ ਨਹੀਂ, ਤੁਹਾਨੂੰ ਥੋੜੀ ਜਿਹੀ ਗਲਤ ਫਹਿਮੀ ਲੱਗਦੀ ਹੈ, 4100 ਨੀ 6100 ਕਰੋੜ ਰੁਪਈਆ ਮਹੀਨਾ ਹੋਰ ਟੱਪ ਗਿਆ ਉੱਪਰ, ਅਗਲੇ ਮਹੀਨੇ ਦੇ ਪੈਸੇ ਵੀ ਸਾਨੂੰ ਮਿਲਣੇ ਚਾਹੀਦੇ ਆ। ਹੁਣ ਜੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਟਨਾਂ ਦੇ ਮੁਤਾਬਕ ਦੇਖੀਏ ਫਿਰ ਤਾਂ ਜੇ ਤੀਜਾ ਹਿੱਸਾ ਪੈਸੇ ਕੇਂਦਰ ਸਰਕਾਰ ਨੇ ਦਿੱਤੇ ਆ, ਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਫਾਰਮੂਲੇ ਦੇ ਮੁਤਾਬਕ ਦੇਖੀਏ ਉਹਨਾਂ ਦੇ ਮੁਤਾਬਕ ਫਿਰ ਹੁਣ 1.5 ਤੋਂ ਵੱਧ ਪੈਸੇ ਜਿਹੜੇ ਆ ਉਹ ਆ ਚੁੱਕੇ ਆ। ਤੇ ਹੁਣ ਸਭ ਤੋਂ ਵੱਡੀ ਗੱਲ ਕਿ ਜਿਹੜੇ ਇੱਕ ਲੜਾਈ ਸ਼ੁਰੂ ਹੋ ਗਈ ਸੀ ਦਿਓਰ ਭਰਜਾਈ ਵਾਲੀ ਦੀ, ਮਨਪ੍ਰੀਤ ਬਾਦਲ ਕਹਿੰਦਾ ਸੀ ਕਿ ਕੇਂਦਰ ਧੱਕਾ ਕਰਦਾ, ਜੇ ਸਾਡੇ ਸੂਬੇ ਨੂੰ ਕੇਂਦਰ ਸਾਡਾ ਬਣਦਾ ਹਿੱਸਾ ਹੀ ਦੇਦਾ ਤਾਂ ਵੀ ਅਸੀਂ ਬਹੁਤ ਚੰਗੇ ਤਰੀਕੇ ਨਾਲ ਕੰਮ ਕਰਨ ਵੇਲ ਸਕਦੇ ਹਾਂ, ਤੇ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਵਿੱਚ ਵਜ਼ੀਰ, ਕੇਂਦਰ ਸਰਕਾਰ ਦੇ ਵਿੱਚ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਸਿੱਧੇ ਤੌਰ ਦੇ ਉੱਤੇ ਆਖੀ ਜਾਂਦੇ ਆ, ਉਹ ਕਹਿੰਦੇ ਜੀ ਦੇਖੋ ਇਹ ਵਿੱਤ ਮੰਤਰੀ ਥੋੜੀ ਹੈ, ਤਾਂ ਕੰਗਾਲ ਵਿੱਤ ਮੰਤਰੀ ਹੈ,
ਇਹਨੂੰ ਪਤਾ ਹੀ ਨਹੀਂ ਸਰਕਾਰ ਕਿਵੇਂ ਚਲਾਉਣੀ ਹੈ। ਮਨਪ੍ਰੀਤ ਬਾਦਲ ਨੂੰ ਪਤਾ ਹੀ ਨਹੀਂ ਕਿ ਖਜ਼ਾਨਾ ਮੰਤਰੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ। ਮਨਪ੍ਰੀਤ ਬਾਦਲ ਤਾਂ ਪਹਿਲੇ ਦਿਨ ਤੋਂ ਜਦੋਂ ਤੋਂ ਕੈਪਟਨ ਦੀ ਸਰਕਾਰ ਦੇ ਵਿੱਚ ਫਾਈਨਾਂਸ ਮਿਨਿਸਟਰ ਬਣਿਆ, ਇਹੀ ਆਖੀ ਜਾਂਦਾ ਖਜ਼ਾਨਾ ਖਾਲੀ ਹੈ ਜੀ, ਪੈਸੇ ਨਹੀਂ ਹੈਗੇ ਜੀ। ਜਦੋਂ ਖਜ਼ਾਨਾ ਹੀ ਖਾਲੀ ਹੈ, ਕਹਿੰਦੇ ਪੈਸੇ ਹੈ ਨਹੀਂ, ਤਾਂ ਫਿਰ ਵਿੱਤ ਮੰਤਰੀ ਦੀ ਡਿਊਟੀ ਹੈ ਕਿ ਖਜ਼ਾਨਾ ਭਰੇ, ਪੈਸੇ ਧੇਲੇ ਦਾ ਕਿਤੋਂ ਪ੍ਰਬੰਧ ਕਰੇ, ਕੋਈ ਫੈਕਟਰੀ ਲਾਵੇ, ਕੁਝ ਹੋਰ ਕਰੇ। ਤਾਂ ਜੇ ਕਹਿੰਦੇ ਹੱਥ ਤੇ ਹੱਥ ਭਰ ਕੇ ਬੈਠੇ ਰਹਿਣਾ, ਕਰਨਾ ਕੱਪਰਨਾ ਕੁਛ ਨਹੀਂ, ਤਾਂ ਫਿਰ ਤਾਂ ਕੰਗਾਲ ਵਿੱਤ ਮੰਤਰੀ ਹੋਇਆ ਨਾ। ਸੋ ਦੇਖਦੇ ਹਾਂ ਕਿ ਹੁਣ ਕੇਂਦਰ ਸਰਕਾਰ ਨੇ ਜੀ ਐਸ ਟੀ ਦੇ ਕੁਝ ਪੈਸੇ ਪੰਜਾਬ ਸਰਕਾਰ ਨੂੰ ਜਾਰੀ ਕਰਤੇ ਆ, ਉਹ ਤੋਂ ਬਾਅਦ ਵਿੱਤੀ ਤੌਰ ਤੇ ਹਾਲਾਤ ਵਿੱਚ ਸੁਧਾਰ ਕਿੰਨਾ ਕੁ ਆਉਂਦਾ ਜੀ। ਤੇ ਨਿੱਜੀ ਕੰਪਨੀ ਵਸੂਲੂਗੀ ਜੀ ਹੁਣ ਪਾਣੀ ਦੇ ਬਿੱਲ? ਦੇਖੋ ਇਹ ਲੁਧਿਆਣੇ ਦਾ ਮਸਲਾ, ਤੇ ਜੇ ਲੁਧਿਆਣੇ ਦੇ ਵਿੱਚ ਸਫਲ ਹੋ ਗਿਆ ਨਾ, ਤਾਂ ਸੁਖਨੈਬ ਜੀ ਫਿਰ ਮੰਨ ਕੇ ਚੱਲਣਾ ਚਾਹੀਦਾ ਕਿ ਇਹ ਕੰਮ ਸਾਰੇ ਪੰਜਾਬ ਦੇ ਵੱਡੇ ਸ਼ਹਿਰਾਂ ਚ ਹੋ ਜਾਣਾ। ਦੇਖੋ ਇੱਕ ਗੱਲ ਦੇ ਵਿੱਚ ਤਾਂ ਸੱਚਾਈ ਹੈ ਕਿ ਪੰਜਾਬ ਸਰਕਾਰ ਨੇ ਕਾਨੂੰਨੀ ਤੌਰ ਤੇ ਜਿਹੜਾ ਪਾਣੀ ਉਹ ਸਪਲਾਈ ਕਰਦੇ ਆ ਉਹਦੇ ਬਿੱਲ ਲਾਏ ਹੋਏ ਨੇ ਜੀ, ਭਾਵੇਂ ਉਹ 60 ਰੁਪਈਏ ਮਹੀਨਾ, ਭਾਵੇਂ 100 ਰੁਪਈਏ ਮਹੀਨਾ, ਭਾਵੇਂ 200 ਰੁਪਈਏ ਮਹੀਨਾ। ਖੇਤਰਾਂ ਖੇਤਰਾਂ ਦਾ ਵੀ ਫਰਕ ਹੈ, ਪੇਂਡੂ ਖੇਤਰ ਦੇ ਬਿੱਲ ਕਿੰਨੇ ਆ, ਅਰਧ ਸ਼ਹਿਰੀ ਦੇ ਕਿੰਨੇ ਆ, ਪੂਰਨ ਸ਼ਹਿਰੀ ਦੇ ਕਿੰਨੇ ਆ। ਚਲੋ ਹੁਣ ਜਿੰਨੇ ਵੀ ਹੈਗੇ ਆ, ਪਰ ਉਹਦੇ ਵਿੱਚ ਇਹ ਵੀ ਗੱਲ ਪੱਕੀ ਆ ਕਿ ਬਹੁਤੇ ਲੋਕ ਪਾਣੀ ਦਾ ਬਿੱਲ ਬੁੱਲ ਦਿੰਦੇ ਨਹੀਂ ਹੈਗੇ। ਪਿੰਡਾਂ ਦੇ ਵਿੱਚ ਵੀ ਤੁਸੀਂ ਆਮ ਹੀ ਵੇਖਿਆ ਹੋਣਾ ਕਿ ਪਾਣੀ ਦੀਆਂ ਟੂਟੀਆਂ ਲੱਗੀਆਂ, ਟੂਟੀ ਬੰਦ ਕਰਨ ਦੀ ਜੇ ਜਹਿਮਤ ਵੀ ਕੋਈ ਨਹੀਂ ਕਰਦਾ ਕਿ ਚੱਲਦੀ ਆ ਤੇ ਚੱਲੀ ਜਾਣ ਦੋ, ਅਗਲੇ ਕਹਿੰਦੇ 60 ਰੁਪਈਏ ਦੇਣੇ, 100 ਰੁਪਈਆ ਦੇਣਾ ਮਹੀਨੇ ਦਾ, ਅਸੀਂ ਟੂਟੀ ਬੰਦ ਕਰੀਏ, ਅਸੀਂ ਟੂਟੀ ਚਲਾਈਏ, ਉਹਦੇ ਉੱਤੇ ਸਾਡਾ ਅਧਿਕਾਰ ਹੈ, ਸਾਨੂੰ ਕਹਿਣ ਵਾਲਾ ਕੌਣ ਹੁੰਦਾ। ਤੇ ਬਹੁਤੇ ਲੋਕ ਪਾਣੀ ਦੇ ਬਿੱਲ ਦਿੰਦੇ ਵੀ ਨਹੀਂ। ਲੁਧਿਆਣੇ ਸ਼ਹਿਰ ਦੇ ਵਿੱਚ ਨਿਗਮ ਦੀ ਹਾਲਤ ਬੜੀ ਖਸਤਾ, ਪੈਸਾ ਧੇਲਾ ਕੋਲ ਕੋਈ ਨਹੀਂ, ਗਲੀਆਂ ਟੁੱਟੀਆਂ ਪਈਆਂ, ਸੀਵਰੇਜ ਜਿਹੜੀ ਹੈ ਉਹ ਸਾਫ਼ ਕਰਾਉਣ ਵਾਲਾ ਪਿਆ, ਸਟਰੀਟ ਲਾਈਟਾਂ ਦੇ ਵੀ ਮਾੜੇ ਹਾਲਾਤ ਆ। ਤੇ ਜਦੋਂ ਨਿਗਮ ਦੇ ਕੋਲੇ ਪੈਸਾ ਧੇਲਾ ਹੈ ਨਹੀਂ, ਤੇ ਉਹਨਾਂ ਨੇ ਫਿਰ ਦੇਖਿਆ ਕਿ ਭਾਈ ਦੱਸੋ ਪੈਸੇ ਧੇਲੇ ਆ ਕਿੱਥੋਂ ਸਕਦੇ ਆ, ਕਿਉਂਕਿ ਸੂਬੇ ਦੀ ਸਰਕਾਰ ਨੇ ਤਾਂ ਪਤਾ ਨਹੀਂ ਕਰ ਦੇਣੇ ਆ। ਜਦੋਂ ਅਗਲਿਆਂ ਦੇ ਕੋਲੇ ਹੋਣਗੇ, ਅਗਲੇ ਉਦੋਂ ਦੇ ਦੇਣਗੇ, ਤਾਂ ਜੇ ਉਹ ਕਹਿ ਦੇਣ ਕਿ ਭਾਈ ਸਾਡੇ ਕੋਲੇ ਹੈ ਨਹੀਂ, ਤਾਂ ਫਿਰ 6 ਮਹੀਨੇ ਵੇਟ ਥੋੜੀ ਕਰਨੀ ਆ। ਚਲੋ ਚਾਰੇ ਪਾਸੇ ਧਿਆਨ ਮਾਰਿਆ ਕਿ ਕਿੱਥੋਂ ਆ ਸਕਦੇ ਆ, ਤਾਂ ਧਿਆਨ ਗਿਆ ਕਿ ਵਾਟਰ ਸਪਲਾਈ ਚੋਂ ਪੈਸੇ ਆ ਸਕਦੇ ਆ 200-250 ਕਰੋੜ ਰੁਪਈਆ। ਕਿਵੇਂ? ਕਿਉਂਕਿ 70% ਲੋਕ ਪਾਣੀ ਦਾ ਬਿੱਲ ਦਿੰਦੇ ਹੀ ਨਹੀਂ। ਤਾਂ ਜੇ ਪਿਛਲੇ 5 ਸਾਲਾਂ ਦਾ ਬਿੱਲ ਵੀ ਉਹਨਾਂ ਨੇ ਹਿਸਾਬ ਕਿਤਾਬ ਲਾਇਆ ਕਿ ਅਸੀਂ ਵਸੂਲ ਲਈਏ, ਤਾਂ ਸਮਝ ਲਓ ਕਿ ਕੰਮ ਸਾਡਾ ਜਿਹੜਾ ਉਹ ਨੇੜੇ ਆ ਜਾਊਗਾ, ਪੈਸੇ ਤੇ ਲਿਆ ਜਾਏ, ਜੇ ਡਿਵੈਲਪਮੈਂਟ ਅਸੀਂ ਕਰਨ ਜੋਗੇ ਹੋ ਜਾਵਾਂਗੇ। ਹੁਣ ਪਹਿਲਾਂ ਤਾਂ ਬਿੱਲ ਬਣਾਏ, ਜਿਹੜੇ ਸਰਕਾਰੀ ਕਰਮਚਾਰੀ ਇਸ ਵੇਲੇ ਕੰਮ ਕਰਦੇ ਆ, ਤਨਖਾਹ ਲੈਂਦੇ ਆ, ਉਹਨਾਂ ਨੂੰ ਭੇਜਿਆ ਗਿਆ ਕਿ ਭਾਈ ਆ ਬਿੱਲ ਤੁਸੀਂ ਵਸੂਲ ਕੇ ਲਿਆਓ। ਉਹ ਮੋਹਰਿਓ ਕਰਦੇ ਕੀ ਸੀ, ਉਹ ਜਾ ਕੇ ਅਗਲੇ ਨੂੰ ਬਿੱਲ ਦਿੰਦੇ ਸੀ, ਤਾਂ ਮੋਹਰਿਓ ਘਰ ਵਾਲੇ ਕਹਿੰਦੇ ਸੀ ਅੱਛਾ 8,000 ਰੁਪਈਆ ਬਣ ਗਿਆ, ਇਕੱਠਾ ਹੀ ਦੇਣਾ ਪੈਣਾ। ਨਾਲ ਹੀ ਚੱਕ ਕੇ ਟੈਲੀਫੋਨ ਲਾ ਕੇ ਕੌਂਸਲਰ ਸਾਹਿਬ ਨਾਲ ਗੱਲ ਕਰਾ ਦੇਣੀ, ਕਰਮਚਾਰੀ ਗਿਆ ਕੌਂਸਲਰ ਸਾਹਿਬ ਨਾਲ ਗੱਲ ਕਰ ਲਓ, ਤੇ ਕੌਂਸਲਰ ਸਾਹਿਬ ਨੇ ਮੋਹਰਿਓ ਕਹਿ ਦੇਣਾ ਨਾ ਤੂੰ ਨੌਕਰੀ ਕਰਨੀ ਕਿ ਨਹੀਂ ਕਰਨੀ, ਹੁਣ ਤੂੰ ਮੇਰੀਆਂ ਵੋਟਾਂ ਖਰਾਬ ਕਰੇਗਾ, ਨਾ ਹੁਣ ਤੂੰ ਸਾਡੇ ਬੰਦਿਆਂ ਦੇ ਕੋਲੋਂ ਵੀ ਪਾਣੀ ਦੇ ਬਿੱਲ ਲਏਗਾ। ਫਿਰ ਪਾਣੀ ਦਾ ਬਿੱਲ ਵਸੂਲਿਆ ਹੀ ਕੋਈ ਨਾ ਗਿਆ, ਕਿਉਂਕਿ ਕੰਮ ਤਾਂ ਇੱਥੇ ਆ ਕੇ ਮੁੱਕਣਾ ਸੀ ਨਾ, ਕਿ ਸਿਆਸੀ ਤੌਰ ਦੇ ਉੱਤੇ ਦਖਲ ਅੰਦਾਜ਼ੀ ਕਿੰਨੀ ਹੈ। ਇਸੇ ਕਰਕੇ ਨਗਰ ਨਿਗਮ ਲੁਧਿਆਣੇ ਨੇ ਹੁਣ ਇੱਕ ਪ੍ਰਾਈਵੇਟ ਫਰਮ ਦੀਆਂ ਸੇਵਾਵਾਂ ਉਹ ਲੈਣ ਦਾ ਯਤਨ ਕੀਤਾ, ਉਹਦੇ ਨਾਲ ਉੱਕਾ ਪੱਕਾ ਕਰ ਲਿਆ ਕਿ ਭਾਈ ਜਿੰਨੇ ਪੈਸੇ ਤੁਸੀਂ ਪਾਣੀ ਦੇ ਬਿੱਲ ਦੇ ਵਸੂਲ ਕਰੋਗੇ ਉਹਦੇ ਵਿੱਚੋਂ 1-3% ਜਿਹੜੇ ਉਹ ਪੈਸੇ ਤੁਹਾਡੇ। ਤੇ ਜੇ ਕਿਤੇ ਇਹ ਪ੍ਰਾਈਵੇਟ ਕੰਪਨੀ ਚੰਗੇ ਤਰੀਕੇ ਨਗਰ ਨਿਗਮ ਲੁਧਿਆਣੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਉਤਰੀ, ਬਹੁਤੇ ਪਾਣੀ ਦੇ ਬਿੱਲ ਵਸੂਲ ਕਰਕੇ ਲੁਧਿਆਣਾ ਨਗਰ ਨਿਗਮ ਦਾ ਖਜ਼ਾਨਾ ਭਰਨ ਦੇ ਵਿੱਚ ਕਾਮਯਾਬ ਰਹੀ, ਆਪ ਵੀ 4 ਪੈਸੇ ਕਮਾ ਗਈ, ਤਾਂ ਸਮਝ ਲੈਣਾ ਚਾਹੀਦਾ ਕਿ ਪੰਜਾਬ 'ਚ ਭਾਵੇਂ ਉਹ ਜਲੰਧਰ ਹੈ, ਅੰਮ੍ਰਿਤਸਰ ਹੈ, ਬਠਿੰਡਾ ਹੈ, ਪਟਿਆਲਾ, ਜਾਣੀ ਕਿ ਜਿੱਥੇ ਜਿੱਥੇ ਵੀ ਸ਼ਹਿਰੀ ਖੇਤਰਾਂ ਦੇ ਵਿੱਚ ਪਾਣੀ ਦੀ ਸਪਲਾਈ ਦੇ ਬਿੱਲ ਅਜੇ ਵਸੂਲਣ ਵਾਲੇ ਪਏ ਆ, 2-4 ਮਹੀਨਿਆਂ ਦੇ ਵਿੱਚ ਹੀ ਸਾਰਾ ਕੰਮ ਕਰ ਕੇ ਪ੍ਰਾਈਵੇਟ ਕੰਪਨੀ ਦੇ ਹੱਥੇ ਚਲੇ ਜਾਓ, ਤੇ ਵੇਖਦੇ ਆ ਕਿ ਇੱਦਾਂ ਦੇ ਹਿਸਾਬ ਕਿਤਾਬ ਦੇ ਨਾਲ ਕਿੰਨੇ ਕੁ ਰੁਪਈਏ ਧੇਲੇ ਜਿਹੜੇ ਆ ਇਕੱਠੇ ਹੋ ਪਾਉਂਦੇ ਆ ਜੀ। ਆਪਨੇ ਕਰ ਲਈ ਜੀ ਫਿਰ ਨਵੀਂ ਮੁਹਿੰਮ ਸ਼ੁਰੂ? ਦੇਖੋ ਆਮ ਆਦਮੀ ਪਾਰਟੀ ਨੇ ਸੱਚੀ ਮੁੱਚੀ ਹੁਣ ਕੰਮ ਅਗਲੇ ਪਾਸੇ ਨੂੰ ਤੋਰ ਲਿਆ। ਯਾਦ ਹੋਏਗਾ ਸੁਖਨੈਬ ਜੀ ਤੁਹਾਨੂੰ ਕਿ ਜਦੋਂ ਭਗਵੰਤ ਮਾਨ ਹੋਰੀ ਦੁਬਾਰਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਬਣੇ ਆ, ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਐਨ ਲੋਨ ਦੇ ਵਿੱਚ, ਜਿੱਥੇ ਕਾਕੂ ਲੱਗਾ ਹੋਇਆ ਪਾਰਕ ਦੇ ਵਿੱਚ ਬਹਿ ਕੇ, ਤੇ ਉੱਥੇ
एक डॉक्यूमेंट जारी किया गया सी जिथे लिखा सी ए ए ए आम आदमी आर्मी ते उदों भगवंत मान होरां ने ऐलान किया सी कि असी हुण पंजाब विच पार्टी की मैंबरशिप दुबारा शुरू करनी है असी आम आदमी आर्मी बनावांगे वो आम आदमी आर्मी जिहड़ी है पंजाब दे हितां ते पहरा देऊ पंजाब दे मुद्दियां दे उत्ते पहरा देण वाली असी आम आदमी आर्मी बनाउणी है चलो दो चार महीने तक कोई खास एड्डी कोई मैंबरशिप नहीं हुई कोई गलबात ही नहीं हुई क्योंकि आपो अपने मसलों के ही सारे फसे रहे पर हूँ पता लगा कि तीन लोग सभा हल्कों के आम आदमी आर्मी जी है वह कामकार बिल्कुल शिखर के उत्ते पहुँचता किया हो पी साहब भी हफ्ते तीन दिन जाते हैं एम एल ए साहब जोड़े ने उन्होंने तो आपो अपने हल्कों के आम आदमी आर्मी की भर्ती करनी है इतों तक ऐलान यह भी कर दिता गया कि असी बड़ी छेती आम आदमी पार्टी के हमख्याली जोड़े कुछ लीडर ने भावें वह दूसरिया पार्टिया च ने भावें वह गैर सियासी ने उन्होंने आम आदमी पार्टी च दोबारा लिया का यतन करा इतों तक कि आम आदमी पार्टी की बीबिया की विंग की जी प्रधान है उन्हें भी चंडीगढ़ के एक मीटिंग की है आम आदमी पार्टी दिड़िया बीबिया अहदेदार ने उन्होंने इकट्ठिया किया टीचा दिता कि भाई आप भी आम आदमी आर्मी बनाने के लिए अपने पद्धर के उत्ते यतन जड़ा वो इदा का करना देखो हूँ समा थोड़ा रह गया समा थोड़ा रह गया दो साल रह गया पंजाब दीयां विधानसभा चोणां च सौ दिन पहला कोड ऑफ कंडक्ट लग जाना उहदे तो भी सौ डेढ़ सौ दिन पहला एन कम शिखर के उत्ते चले जाना प्रचार उदों फिर लोग भी लीडर दीयां गल्लां नूं सच नहीं मानते होंगे चुटकला ही मानते होंगे क्योंकि किसी ने कहना खंड दऊ मुफ्त किसी ने कहना घ्यो भी दऊ किसी ने कहना कौली चमचा भी मैं दऊ किसी ने कहना कौली चमचे च खंड घ्यो रला के भी मैं दऊ किसी ने कहना खाण वाले भी आउणगे तुसीं बस वेखना है ते वेख के पुछना है खंड फिर मिठी होंगी है मिठी होनी ना खंड फिर तेरी किन्नी मिठी है तो इदां दीयां गल्लां बातें क्योंकि सियासी बंदे ने आम लोगों के मूँह के स्वार्थ उन्होंने इदां ही लैके आना सो हुण देखदे आ कि जदों सिमरजीत बैंस होरां ने भी काम शुरू कर लिया उधरले पासे टकसाली भी अपना जिहड़ा सारा टब्बर सजा के बह गया इधरले पासे आम आदमी पार्टी भी शुरू हो गई मैं जिक्र किया सी पहला कि सिमरजीत बैंस होरी और जिहड़ा शामला जमीना वाला मसला उहदे ते सरगर्म होने की कोशिश कर रहा उन्होंने प्रैस कॉन्फ्रेंस की ते अज पत्रकारां पईआं दे उत्ते आम आदमी पार्टी वाले हरपाल सिंह चीमा की अगवाई दे विच राजपाल साहब तों चले गए राजपाल साहब को जाके कहिंदे जी देखो गल बड़ी सीधी पदरी जी है असी बिल्कुल खिलाफ हाँ जे कैप्टन अमरिंदर सिंह ने पिंडां दीआं सांझीआं जमीनां शामलात जमीनां जिहड़ियां वो फैक्ट्रियां वालिआं नूं उद्योगपतियां नूं देण दा यतन किया ते आम आदमी पार्टी विचाले आके खड़ू ते तुगलकी फैसला इहनूं रद्द करना चाहिए क्योंकि पंजाब दे आम लोग जिहड़े ने उहनां दे ढिड ते लत्त मारन वाली गल है चलो हुण उन्होंने कहा कि वह कहें एक लख पैंती हज़ार एकड़ जमीन जिदे उत्ते आ लैंड बैंक के नाते कैप्टन अमरिंदर सिंह ते उन्हां दे साथी अख रख के बैठे है हुण उन्होंने कारण की दस्सिया वह कहिंदे जी देखो ये सांझी विरासत है पिंडां दी सदियां तो इस सांझी विरासत दे विच सब तो वड्डा कहिंदे समस्या रौला किहदे लई होणा रौला कहिंदे होणा जिहड़े साडे दलित भैणां भरा ने क्योंकि उन्होंने विचों कोई उत्थे मझां चार लैंदा कोई उत्थे गावां चार लैंदा माड़ा मोटा उन्हों का रोटी टोक वाला काम कर जरा चल जाता दूसरा वो कहें तो पंचायतों अंगहीन करने वाली गल है पंचायतों ग्रांटा बजमिया देंगे नहीं जेडे चार पैसे शामलाट जमीना तो आए हैं वो पैसे भी जे पंचायतों आनों हट गया तो पंचायती राज भोग फिर पै गया समझो सो हम वेखते हैं कि जो बख बख मोर्चों के उत्ते आम आदमी पार्टी ने पंजाब के लोगों के सामने आना शुरू कर दिता तो लोगों के मन के सब तो वड्डा सवाल सुखनैब जी यही आन खड़ा कि आम आदमी पार्टी की पंजाब की लीडरशिप दोबारा एक बार फिर पंजाब के लोगों का यकीन ते विश्वास जिहड़ा उन्हें जितने विच कामयाब हो सकेगी या नहीं जी तो व्हाट्सएप इदों अगली गल दे उत्ते भी असी लगदे हथ नज़र मार लीए अयोध्या के बारे की खबर है जी गृहमंत्री होरां ने चर्चा छेड़ती फिर देखो तक काम सीधा जिहा ही है क्योंकि झारखंड के विधानसभा दीयां चोणां ते विधानसभा दीयां चोणां दे विच अगले कहिंदे आ कि भाई असीं जितना है जिवें भी जितना है असीं तां जितना अपनी सरकार बनाउणी है पहलां भी साडी सरकार सी ते सरकार आपां हुण वी आप दी रखणी है हुण अमित शाह साहब देश के गृहमंत्री ने
ਪਰ ਕਦੇ ਕਦੇ ਲੱਗਦਾ ਹੁੰਦਾ ਉਹਨਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਨਹੀਂ ਨਿਕਲਦਾ, ਕਿਉਂਕਿ ਜਦੋਂ ਬੰਦਾ ਦੇਸ਼ ਦਾ ਗ੍ਰਹਿ ਮੰਤਰੀ ਬਣ ਗਿਆ ਤੇ ਉਦੋਂ ਫਿਰ ਐਜ਼ ਏ ਪਾਰਟੀ ਪ੍ਰੈਜੀਡੈਂਟ ਜੋ ਆਪਾਂ ਰਣਨੀਤੀ ਬਣਾ ਕੇ ਚੱਲਦੇ ਹਾਂ ਐਜ਼ ਏ ਹੋਮ ਮਿਨਿਸਟਰ ਥੋੜ੍ਹੀ ਚੱਲਣੀ ਹੈ। ਪਰ ਚਲੋ ਕੋਈ ਗੱਲ ਨਹੀਂ ਭਾਈ, ਅਗਲੇ ਕੰਮ ਕਰ ਤਾਂ ਪਾਰਟੀ ਦਾ ਦੇਖਦੇ ਹੀ ਆ। ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਗਏ ਝਾਰਖੰਡ ਦੇ ਵਿੱਚ ਜਾ ਕੇ ਸੰਬੋਧਨ ਕੀਤਾ। ਦੇਖੋ ਉੱਥੋਂ ਦੇ ਲੋਕਾਂ ਦੀਆਂ ਬਹੁਤ ਸਮੱਸਿਆਵਾਂ ਨੇ, ਉੱਥੋਂ ਦੇ ਲੋਕ ਬਹੁਤ ਵੱਡੀ ਰਾਹਤ ਸਰਕਾਰਾਂ ਤੋਂ ਚਾਹੁੰਦੇ ਆ। ਉਹ ਚਾਹੁੰਦੇ ਆ ਕਿ ਸਾਡੇ ਲਈ ਵੀ ਕੋਈ ਮਾੜਾ ਮੋਟਾ ਵਿਜ਼ਨ ਕਿਸੇ ਪਾਰਟੀ ਦੇ ਕੋਲੇ ਹੋਵੇ, ਅਸੀਂ ਉਹਨੂੰ ਵੋਟਾਂ ਪਾਈਏ, ਸਰਕਾਰ ਉਹਦੀ ਬਣਾਈਏ ਤੇ ਕੰਮ ਸਿਰੇ ਲਾਈਏ। ਪਰ ਨਾ, ਹੋਇਆ ਕੀ, ਉਹਨਾਂ ਨੇ ਉੱਥੇ ਜਾ ਕੇ ਪ੍ਰਚਾਰ ਕਰਦਿਆਂ ਬਿਆਨ ਕੀ ਦਿੱਤਾ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਨੇ, ਉਹ ਕਹਿੰਦੇ ਜੀ ਦੇਖੋ ਮਹੀਨੇ ਸਾਨੂੰ ਝਾਰਖੰਡ ਦੇ ਲੋਕੋ ਚਾਰ ਦੇ ਦਿਓ, ਚਾਰ ਮਹੀਨਿਆਂ ਦੇ ਵਿੱਚ ਅਯੁੱਧਿਆ ਚ ਰਾਮ ਮੰਦਿਰ ਚਮਕਦਾ ਅਸਮਾਨ ਛੂੰਹਦਾ ਖੜਾ ਕਰਦਿਆਂ ਦੇ ਪੰਜਵਾਂ ਮਹੀਨਾ ਨਹੀਂ ਲੱਗਦਾ, ਸਾਰੇ ਮਸਲੇ ਹੱਲ, ਸਾਰੇ ਮਸਲੇ ਹੱਲ। ਦੇਖੋ ਨਾ ਭੁੱਖ ਲੱਗਣੀ ਹੈ, ਨਾ ਕੁਛ ਹੋਰ ਹੋਣਾ। ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਵਾਰ ਵਾਰ ਜਾ ਕੇ ਕਹਿੰਦਾ ਤੇ ਨਾਲ ਇਹ ਵੀ ਕਹੀ ਜਾਂਦੇ ਕਹਿੰਦੇ ਕਾਂਗਰਸ ਪਾਰਟੀ ਥੋੜ੍ਹਾ ਕੁਝ ਕਰ ਸਕਦੀ ਹੈ, ਨਾ ਇਹਨਾਂ ਤੋਂ ਦੇਸ਼ ਦਾ ਵਿਕਾਸ ਹੋਣਾ, ਨਾ ਇਹ ਦੇਸ਼ ਨੂੰ ਸੁਰੱਖਿਅਤ ਰੱਖ ਸਕਦੀ ਹੈ, ਨਾ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰ ਸਕਦੀ ਹੈ। ਤਾਂ ਬੀਜੇਪੀ ਹੈ ਜਿਹੜੀ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਵੀ ਕਰਦੀ ਹੈ ਤੇ ਦੇਸ਼ ਨੂੰ ਸੁਰੱਖਿਅਤ ਵੀ ਰੱਖ ਸਕਦੀ ਹੈ। ਚਲੋ ਦੂਸਰੇ ਪਾਸੇ ਇਸੇ ਝਾਰਖੰਡ ਵਿਧਾਨ ਸਭਾ ਦੇ ਵਿੱਚ ਅਮਿਤ ਸ਼ਾਹ ਸਾਹਿਬ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਇੱਕ ਬਹੁਤ ਵੱਡਾ ਪ੍ਰਚਾਰਕ ਹੈ, ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੈ ਯੋਗੀ ਆਦਿੱਤਿਆਨਾਥ ਜੀ। ਉਹ ਯੋਗੀ ਆਦਿੱਤਿਆਨਾਥ ਵੀ ਉੱਥੇ ਸੀ, ਰਹਿੰਦੀ ਖੁੰਦੀ ਕਸਰ ਫਿਰ ਬੰਦੇ ਨੂੰ ਪੂਰੀ ਤਾਂ ਕਰਨੀ ਪੈਣੀ ਸੀ ਨਾ। ਉਹ ਕਹਿੰਦੇ ਜੀ ਦੇਖੋ ਝਾਰਖੰਡ ਦੇ ਲੋਕੋ ਇੱਕ ਗੱਲ ਸਮਝੋ, ਜੇ ਤੁਹਾਡੇ ਸੂਬੇ ਚੋਂ ਕੋਈ ਇਰਫਾਨ ਅਨਸਾਰੀ ਜਿੱਤਿਆ ਫਿਰ ਅਯੁੱਧਿਆ 'ਚ ਰਾਮ ਮੰਦਿਰ ਕਿੱਦਾਂ ਬਣੂੰਗਾ। ਇਸ ਕਰਕੇ ਇੱਦਾਂ ਦੇ ਨਾਂ ਵਾਲਾ ਬੰਦਾ ਨਹੀਂ ਜਿਤਾਉਣਾ। ਕਹਿੰਦੇ ਰਾਮ ਮੰਦਿਰ ਦਾ ਮਸਲਾ ਨਹੀਂ, ਭਗਵਾਨ ਰਾਮ ਦੀ ਜਨਮ ਭੂਮੀ ਤੇ ਬਣਨ ਵਾਲਾ ਰਾਸ਼ਟਰੀ ਮੰਦਿਰ ਹੈ, ਉਹ ਹੋਰ ਸਿਰੇ ਤੇ ਲੱਗਾ ਕਿ ਰਾਸ਼ਟਰ ਮੰਦਿਰ ਹੈ ਉਹ। ਭਾਈ ਅਗਲੇ ਤੱਕ ਨਾ ਰਾਮ ਮੰਦਿਰ ਤੱਕ ਲੈ ਕੇ ਆਏ ਸੀ, ਰਾਸ਼ਟਰ ਮੰਦਿਰ ਤੱਕ ਲੈ ਕੇ ਚਲੇ ਗਏ। ਸੋ ਦੇਖਦੇ ਹਾਂ ਕਿ ਜਦੋਂ ਇੱਕ ਸੂਬੇ ਦਾ ਮੁੱਖ ਮੰਤਰੀ ਤੇ ਦੇਸ਼ ਦਾ ਗ੍ਰਹਿ ਮੰਤਰੀ ਕਿਸੇ ਸੂਬੇ ਦੇ ਵਿੱਚ ਜਾ ਕੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਡਿਵੈਲਪਮੈਂਟ ਦੀ ਗੱਲ ਕਰਨ ਦੀ ਥਾਂ, ਦੇਸ਼ ਦੇ ਮਸਲਿਆਂ ਦੀ ਗੱਲ ਕਰਨ ਦੀ ਥਾਂ, ਦੇਸ਼ ਦੇ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਮੰਦਿਰ ਦੀ ਗੱਲ ਕਰਦੇ ਆ ਤੇ ਰਾਸ਼ਟਰ ਮੰਦਿਰ ਦੀ ਗੱਲ ਕਰਦੇ ਆ, ਤਾਂ ਫਿਰ ਲੋਕ ਇਹਨਾਂ ਚੀਜ਼ਾਂ ਨੂੰ ਕਿੰਨਾ ਕੁ ਅਸੈਪਟ ਕਰਦੇ ਆ ਉਹ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੱਸਣਗੇ ਜੀ। ਤੇ ਬਿਹਾਰ ਦੀ ਇੱਕ ਲੜਕੀ ਨੇ ਕਮਾਲ ਹੀ ਕਰਤਾ ਜੀ, ਹੋਣਾ ਤਾਂ ਕਮਾਲ ਹੀ ਹੈ, ਕਿਉਂਕਿ ਜਦੋਂ ਹੈਦਰਾਬਾਦ ਵਾਲੀ ਘਟਨਾ ਹੋਈ ਸੀ ਤਾਂ ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਭਾਈ 2012 ਚੇਤਾ ਆ ਗਿਆ, 2012 ਕੀ ਚੇਤਾ ਆ ਗਿਆ ਕਿ ਭਾਈ ਨਿਰਭਇਆ ਕਾਂਡ ਹੋਇਆ ਸੀ, ਉਹਦੇ ਤੋਂ ਬਾਅਦ ਉਨਾਓ ਵਾਲਾ ਕੁਲਦੀਪ ਸਿੰਘ ਸੇਂਗਰ MLA BJP ਜਿਹਨੂੰ ਹੁਣ ਪਾਰਟੀ ਨੇ ਕੱਢ ਦਿੱਤਾ, ਫਿਰ ਉਹਦਾ ਮਸਲਾ ਸਾਹਮਣੇ ਆ ਗਿਆ ਕੋਈ ਕੁੜੀ ਨਾਲ ਜਬਰਜਨਾ ਕਰਦਾ, ਉਹਦੇ ਤੋਂ ਬਾਅਦ ਉਹਦੇ ਬਾਪ ਦੇ ਕਤਲ ਬਣਦਾ, ਫਿਰ ਜਾ ਕੇ ਉਹ ਕੁੜੀ ਦੇ ਚਾਚੇ ਨੂੰ ਅੰਦਰ ਕਰਾ ਦਿੰਦਾ, ਉਹਦੇ ਤੋਂ ਬਾਅਦ ਮਾਸੀ ਤੇ ਚਾਚੀ ਦੀ ਮੌਤ ਦਾ ਕਾਰਨ ਬਣਦਾ ਕੁੜੀ ਹਸਪਤਾਲ 'ਚ, ਉਹਨੂੰ ਕੱਲ੍ਹ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਅੱਜ ਸੁਖਨੈਪ ਜੀ ਉਹਨੂੰ ਸਜ਼ਾ ਕਿੰਨੀ ਦੇਣੀ ਹੈ ਉਹਦੇ ਤੇ ਬਹਿਸ ਹੋਈ ਹੈ। 20 ਤਰੀਕ ਦਾ ਦਿਨ ਰਾਖਵਾਂ ਰੱਖ ਲਿਆ, ਬਹਿਸ ਮੁਕੰਮਲ ਹੋ ਗਈ, ਹੁਣ ਬਸ ਜੱਜ ਸਾਹਿਬ ਦੱਸਣਗੇ 5 ਸਾਲ ਅੰਦਰ 7 ਸਾਲ ਅੰਦਰ ਕਿ ਉਮਰ ਕੈਦ ਕਿੰਨਾ ਕੀ ਕੁਝ, ਕਿਉਂਕਿ ਕੁੜੀ ਨਾਬਾਲਿਗ ਸੀ। ਚਲੋ ਉਹਦੇ ਤੋਂ ਬਾਅਦ ਹੁਣ ਇੱਕ ਲੜਕੀ ਜਿਹੜੀ ਹੈ ਬਿਹਾਰ ਦੀ, ਉਸ ਲੜਕੀ ਨੇ ਉਸ ਮੁਟਿਆਰ ਨੇ ਹਸਪਤਾਲ ਦੇ ਬਿਸਤਰੇ ਤੇ ਆਖਰੀ ਸਾਹ ਲੈਂਦਿਆਂ ਕਿਹਾ ਕਿ ਮੈਨੂੰ ਇਨਸਾਫ਼ ਮਿਲਣਾ ਚਾਹੀਦਾ, ਫਾਂਸੀ ਦੀ ਸਜ਼ਾ ਜਿਹੜੀ ਹੋਵੇ ਜਿਨ੍ਹਾਂ ਨੇ ਮਰਨਾ ਇਹ ਵਰਤਾ ਕੀਤਾ। ਹੋਇਆ ਕੀ ਸੀ, ਹੋਇਆ ਇਹ ਸੀ ਕਿ ਇਹ ਕੁੜੀ ਜਿਹੜੀ ਹੈ, ਕਮਾਲ ਦੀ ਗੱਲ ਹੈ ਬੜੀ ਧਿਆਨ ਦੇ ਨਾਲ ਹੀ ਕਿ ਕੀ ਹੋ ਰਿਹਾ, ਸਾਨੂੰ ਕਿੰਨਾ ਕੁ ਅਗਲੇ ਪਿਛਲੇ ਪਾਸੇ ਨੂੰ ਸੋਚਣਾ ਪਊਗਾ। 3 ਸਾਲਾਂ ਤੋਂ ਇਸ ਲੜਕੀ ਦੇ ਨਾਲ ਛੇੜਖਾਨੀ ਹੋ ਰਹੀ ਸੀ ਜੀ, 5 ਵਾਰੀ ਪਰਿਵਾਰ ਨੂੰ ਨਾਲ ਲੈ ਕੇ ਉਹ ਕੁੜੀ ਥਾਣੇ ਗਈ, ਸ਼ਿਕਾਇਤ ਰਜਿਸਟਰ ਨਹੀਂ ਕੀਤੀ ਗਈ, ਸਗੋਂ ਸਲਾਹਾਂ ਦਿੱਤੀਆਂ ਥਾਣੇ ਵਾਲਿਆਂ ਨੇ ਕਿ ਜਿਹੜੇ ਮੁੰਡੇ ਨੂੰ ਛੇੜਦੇ ਆ ਉਹਨਾਂ ਦੇ ਮੂੰਹ ਨਾ ਲੱਗੂ, ਉਹ ਟੱਬਰ ਬੜਾ ਭਾਰਾ, ਤੰਗ ਹੋਵੋਗੇ ਤੁਸੀਂ ਕਿਲਣਾ, ਜਾਓ ਕੁੜੀਆਂ ਨੂੰ ਸਮਝਾਓ ਕਿ ਵੇਲੇ ਸਿਰ ਘਰ ਨੂੰ ਆਇਆ ਕਰੋ। ਚਲੋ ਜੀ, ਉਹਦੇ ਤੋਂ ਬਾਅਦ ਆ ਥੋੜੇ ਦਿਨ ਪਹਿਲਾਂ 2 ਮੁੰਡਿਆਂ ਨੇ ਜਿਹੜੇ ਉਹਨੂੰ ਪਹਿਲਾਂ ਛੇੜਦੇ ਸੀ, ਕੁੜੀ ਦੇ ਨਾਲ ਜਬਰਜਨਾ ਕਰਨ ਦਾ ਯਤਨ ਕੀਤਾ, ਕੁੜੀ ਨੇ ਵਿਰੋਧ ਕੀਤਾ, ਮਿੱਟੀ ਦਾ ਤੇਲ ਪਾ ਕੇ ਕੁੜੀ ਨੂੰ ਅੱਗ ਲਾ ਦਿੱਤੀ, 95% ਕੁੜੀ ਸੜ ਗਈ। ਹੋਰ ਦੇਖੋ ਇੱਥੋਂ ਤੱਕ ਕਿ ਜਦੋਂ ਕੁੜੀ ਸੜ ਵੀ ਗਈ, ਹਸਪਤਾਲ ਦੇ ਵਿੱਚ ਦਾਖਲ ਕਰਾਉਣੀ ਪਈ,
ਤਾਂ ਪੁਲਿਸ ਨੇ ਜਿਹੜੀ ਐਫ ਆਈ ਆਰ ਲਿਖੀ ਉਹਦੇ ਵਿੱਚ ਛੇੜਖਾਨੀ ਜਬਰ ਜਨਾਹ ਦੇ ਯਤਨ ਦੀ ਧਾਰਾ ਲਾਈ ਨੀ। ਕਿਆ ਬਾਤਾਂ, ਕਾਨੂੰਨ ਦੀਆਂ, ਕਾਨੂੰਨ ਦੇ ਰਾਖਿਆਂ ਦੀਆਂ, ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਦੀਆਂ। ਹੁਣ ਲੜਕੀ ਦੀ 3 ਦਿਨ ਦੇ ਬਾਅਦ ਮੌਤ ਹੋ ਗਈ ਹੈ ਕਿਉਂਕਿ 95% ਸੜ ਗਈ ਸੀ ਤੇ ਜਾਨ ਵੀ ਕਹਿ ਕੇ ਗਈ ਕਿ ਭਾਈ ਮੈਨੂੰ ਇਨਸਾਫ ਚਾਹੀਦਾ। ਹੁਣ ਮੁੰਡੇ ਭਾਵੇਂ ਫੜ ਲਏ ਹੋਣਗੇ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਹਿਲੇ 3 ਸਾਲ 5 ਵਾਰੀ ਟੱਬਰ ਦੇ ਥਾਣੇ ਜਾਣ ਦੇ ਬਾਵਜੂਦ ਪਰਚਾ ਦਰਜ ਕਿਉਂ ਨਹੀਂ? ਜਦੋਂ ਕੁੜੀ ਨੂੰ ਅੱਗ ਲਾਤੀ ਗਈ ਤਾਂ ਉਹਦੇ ਵਿੱਚ ਛੇੜਖਾਨੀ ਜਾਂ ਜਬਰ ਜਨਾਹ ਦੇ ਯਤਨ ਦੀ ਧਾਰਾ ਕਿਉਂ ਨਹੀਂ? ਹੋਰ ਦੇਖੋ, ਇੱਥੋਂ ਤੱਕ ਕਿ 3 ਹਸਪਤਾਲਾਂ ਦੇ ਵਿੱਚ ਕੁੜੀ ਦੇ ਇਲਾਜ ਦੇ ਵਿੱਚ ਦੇਰੀ ਕੀਤੀ ਗਈ, ਨਹੀਂ ਤਾਂ ਹੋ ਸਕਦਾ ਕਿ ਅੱਜ ਵੀ ਕੁੜੀ ਸਾਹ ਲੈਂਦੀ ਹੁੰਦੀ। ਅਸੀਂ ਇੰਨੀਆਂ ਅਣਗਹਿਲੀਆਂ ਕਿਵੇਂ ਕਰ ਸਕਦੇ ਹਾਂ? ਸਾਡੇ ਮਨ ਦੇ ਉੱਤੇ ਪ੍ਰਭਾਵ ਕਿਹੜਾ ਹੈ? ਪੋਲੀਟੀਕਲੀ ਜਾਂ ਪੈਸੇ ਦੀ ਦਖਲ ਅੰਦਾਜ਼ੀ ਕਿੰਨੀ ਕਾ? ਜੇ ਅੱਜ ਇਸ ਘਟਨਾ ਤੋਂ ਬਾਅਦ ਜਦੋਂ ਉਸ ਕੁੜੀ ਨੇ ਦਮ ਤੋੜਿਆ ਤੇ ਜਾਂਦਿਆਂ ਜਾਂਦਿਆਂ ਕਹਿ ਕੇ ਗਈ ਆ ਕਿ ਭਾਈ ਮੈਨੂੰ ਇਨਸਾਫ ਚਾਹੀਦਾ, ਇਨਸਾਫ ਮੈਨੂੰ ਦਵਾਇਓ ਜ਼ਰੂਰ, ਫਿਰ ਸਵਾਲ ਤਾਂ ਖੜਦੇ ਆ ਨਾ। ਅੱਜ ਵੀ ਜੇ ਚੁੱਪ ਰਹਾਂਗੇ, ਅੱਜ ਵੀ ਜੇ ਲਗਾਤਾਰ ਇੱਦਾਂ ਦੀਆਂ ਘਟਨਾਵਾਂ ਘਟਣਗੀਆਂ, ਮੂੰਹ ਸਾਡੇ ਸੀਤੇ ਰਹਿਣਗੇ, ਫਿਰ ਤਾਂ ਠੀਕ ਹੈ ਭਾਈ, ਬੰਦੇ ਅਸੀਂ ਆਪਣੇ ਆਪ ਨੂੰ ਸਮਝ ਜਾਂਦੇ ਹਾਂ, ਗੱਲ ਕੋਈ ਅੰਦਰਲੇ ਪਾਸੇ ਹੋਣੀ ਨਹੀਂ। ਜੀ ਬਹੁਤ ਮਿਹਰਬਾਨੀ ਵੜ ਸਾਹਿਬ, ਸ਼ੁਕਰੀਆ ਜੀ, ਮਿਹਰਬਾਨੀ ਸੁਖਨੈਪ ਜੀ, ਰੇਡੀਓ ਚੰਦ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਸ਼ੁਭੇਸ਼ਾਵਾਂ। ਜੀ ਸੋ ਖਬਰਸਾਰ ਦੀ ਸਾਂਝ ਪਾਉਣ ਦੇ ਵਾਸਤੇ ਪਰਮੀਤ ਸਿੰਘ ਵੜ ਸਾਹਿਬ ਦਾ ਆਪਾਂ ਸਾਥ ਲੈ ਰਹੇ ਸੀ, ਔਰ ਅਗਲੀ ਗੱਲ ਆਪਾਂ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸੁਣਦੇ ਰਹੋ ਰੇਡੀਓ ਚੰਦ ਪ੍ਰਦੇਸ਼ੀ।